ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੰਕੁਸ਼ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਤੁਹਾਡਾ ਪੰਜਾਬ ਵੱਡਾ 247 ਦੇ ਅਫੀਸ਼ੀਅਲ YouTube ਚੈਨਲ ਤੇ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਕਿਰੇ ਬਿਲਕੁਲ ਆਪ ਹੈ ਕਿ ਠੀਕ ਹੈ ਠੀਕ ਹੈ ਠੀਕ ਹੈ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਫਟਾਫਟ ਸਾਰੇ ਜਣੇ ਸ਼ੇਅਰ ਕਰ ਦਿਓ ਵੀ ਅੱਜ ਬੜੀ ਇੰਪੋਰਟੈਂਟ ਕਲਾਸ ਰਹਿਣ ਵਾਲੀ ਬੜੀ ਮਜ਼ੇਦਾਰ ਕਲਾਸ ਰਹਿਣ ਵਾਲੀ ਹੈਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਬਿਨਾ ਪੈਨ ਕਾਪੀ ਤੇ ਕੁਐਸਚਨ ਕਰਦੇ ਹੁੰਦੇ ਹਾਂ ਤੇ ਅੱਜ ਵੀ ਆਪਣਾ ठीक है ठीक है ठीक है ठीक है बस गुड मॉर्निंग वेरी गुड मॉर्निंग सिमर गिल सुकीरत कौर सिंह पंजाबी गोल्डी रणप्रीत कौर ओके शिवानी भगत कोमल शर्मा बलजिंदर तालीवाल राम गोयल यू वी रंधावा सोनिया वर्मा सिंह पंजाबी मनदीप कौर गोप्रीत सिंह हरदीप हरप्रीत चहल जसप्रीत चहल ਸ਼ਰਮਾ ਜੀ ਨੋਨੀ ਕਹਿ ਰਿਹਾ ਹੈਗਾ ਠੀਕ ਹੈ ਨੀਸ਼ਾ ਦੇਵੀ ਕਿਰਨ ਵਰਮਾ ਹਾਂਜੀ ਸੋਨੂੰ ਆਪਾਂ ਜੋ ਅੱਜ ਕੁਐਸਚਨ ਕਰਾਂਗੇ ਨਾ ਬਿਨਾ ਕਾਪੀ ਪੈਨ ਚੱਕ ਕੇ ਕਰਾਂ ਵਾਦਾ ਰਿਹਾ ਮੈਂ ਨਾ ਤੁਹਾਡਾ ਪਹਿਲੇ ਚੀਜ਼ਾਂ ਸਮਝਦੇ ਰਹਿਓ ਠੀਕ ਹੈ ਪਹਿਲੇ ਪ੍ਰੋਪਰ ਚੀਜ਼ਾਂ ਨੂੰ ਸਮਝਦੇ ਰਹਿਓ ਉਸ ਤੋਂ ਬਾਅਦ ਆਪਾਂ ਇਹ ਚੀਜ਼ਾਂ ਜੋ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਤੋਂ ਦਿੱਕਤ ਆਦੀ ਨਾ ਜੋ ਇੰਟਰਸਟ ਕਰਦੇ ਆ ਗਿਆ ਕਿਸਰ ਜੀ ਪਤਾ ਨਹੀਂ ਚੱਲਦਾ ਕਿਵੇਂ ਨਿਕਲ ਜਾਂਦਾ ਕਿ ਚੀਜ਼ਾਂ ਕਿਵੇਂ ਆਦੀਆਂ ਸਾਰੇ ਚੀਜ਼ਾਂ ਆਪਾਂ ਤੁਹਾਡੇ ਨਾਲ ਮੈਂ ਵਾਦਾ ਕਰਦਾ ਟੌਪਿਕ ਦੇ ਐਂਡ ਤੱਕ ਅੱਜ ਟੌਪਿਕ ਦੀ ਸਟਾਰਟਿੰਗ ਹੈਗੀ ਐ ਇੱਥੋਂ ਲੈ ਕੇ ਐਂ ਬਿਨਾ ਕਾਪੀ ਪੈਨ ਕੁਐਸਚਨ ਕਰਾਂਗੇ ਸਾਰੇ ਠੀਕ ਹੈ ਬਿਨਾ ਕਾਪੀ ਪੈਨ ਵਾਦਾ ਰਿਹਾ ਹਰ ਇੱਕ ਚੀਜ਼ ਨੂੰ ਡਿਟੇਲਸ ਵਿੱਚ ਦੱਸੂਗਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੀ ਹਾਂ ਦਾ ਕਨਸੈਪਟ ਕੀ ਇਹਦੇ ਨਾਲ ਤੁਸੀਂ ਡਾਇਰੈਕਟ ਕਿਵੇਂ ਕਰ ਸਕਦੇ ਹੈਗੇ ਬਟ ਬਣੇ ਰਹਿਣਾ ਸਾਰਿਆਂ ਨੇ ਅਗਰ ਤੁਸੀਂ ਸਟਰੈਂਥ ਅੱਛੀ ਖਾਸੀ ਸਟਰੈਂਥ ਜੁੜੋਗੇ ਤਾਂ ਸਾਰੇ ਜਣੇ ਸਾਰੇ ਜਣੇ ਜਿਆਦਾ ਤੋਂ ਜਿਆਦਾ ਲਾਈਵ ਆਉਂਗੇ ਤਾਂ ਮੈਂ ਹੋਰ ਚੀਜ਼ਾਂ ਨੂੰ ਆਬਜ਼ਰਵ ਕਰੂੰਗਾ ਤਾਂ ਫਟਾਫਟ ਸਾਰੇ ਜਣੇ ਇੱਕ ਵਾਰੀ ਦਬ ਕੇ ਲਾਈਕ ਐਂਡ ਸ਼ੇਅਰ ਕਰ ਦਿਓ ਦਬ ਕੇ ਲਾਈਕ ਐਂਡ ਸ਼ੇਅਰ ਕਰ ਦਿਓ ਰਾਜੇ ਆਪਾਂ ਸਟਾਰਟ ਕਰਦੇ ਹੈਗੇ ਆ ਠੀਕ ਹੈ ਕੋਈ ਗੱਲ ਨਹੀਂ ਕਾਪੀ ਪੈ

ਪਿਆਜ ਵੱਧ ਤੋਂ ਵੱਧ ਬੱਚਾਣਾ ਚਾਹੀਦਾ ਹੈ ਕਲਾਸ ਦੇ ਵਿੱਚ ਜੋ ਆ ਕਲਾਸ ਹੈ ਬੜੀ ਹੀ ਮਜ਼ੇਦਾਰ ਰਹਿਣ ਵਾਲੀ ਹੈ ਤੁਹਾਡੇ ਵਾਸਤੇ ਰਾਤਾਂ ਨੂੰ ਜਾਗ ਜਾ ਕੇ ਕੰਟੈਂਟ ਤਿਆਰ ਕਰੀਦਾ ਹੈਗਾ ਕਿ ਲੇਟ ਤੱਕ ਹੀ ਹਾਂ ਬੱਚਿਆਂ ਨੂੰ ਕੁਝ ਵਧੀਆ ਤੋਂ ਵਧੀਆ ਦਿੱਤਾ ਜਾਵੇ ਤੁਹਾਡਾ ਫਰਜ਼ ਕੀ ਬੰਦਾ ਤੁਹਾਡਾ ਫਰਜ਼ ਇਹ ਬੰਦਾ ਹੈ ਕਿ ਲਾਈਕ ਐਂਡ ਸ਼ੇਅਰ ਚ ਕਮੀ ਨਹੀਂ ਆਣੀ ਚਾਹੀਦੀ ਲਾਈਕ ਸ਼ੇਅਰ ਫਟਾਫਟ ਦਬ ਕੇ ਕਰ ਦਿਆ ਕਰੋ राजे ਠੀਕ ਹੈ ਹਾਂਜੀ ਹਾਂਜੀ ਸੱਚੀ ਗੱਲ ਸੱਚੀ ਗੱਲ ਓਕੇ ਓਕੇ ਕਿਦਰ ਸਹੀ ਠੀਕ ਹੈ ਮੈਂ ਵਧੀ ਤੁਸੀ ਸੁਣਾਓ ਵੀ ਫਟਾਫਟ ਕਮ ਕਰ ਦਿਓ ਲਾਈਕ ਸ਼ੇਅਰ ਵਾਲਾ ਫਟਾਫਟ ਲਾਈਕ ਸ਼ੇਅਰ ਵਾਲਾ ਕਮ ਕਰ ਦਿਓ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇੱਕ ਜੋ ਕਹਿੰਦਾ ਹੈ ਨਾ ਕਿ ਰੱਬ ਮੈਨੂੰ ਮੁਸੀਬਤਾਂ ਦਿੰਦਾ ਹੈਗਾ ਵੀ ਹਾਂ ਮੇਰੇ ਨਾਲ ਕੋਈ ਜੋ ਬੰਦਾ ਦੁਖੀ ਆਪ ਦੇ ਆਪ ਚ ਕਹਿੰਦਾ ਕਿ ਉਹ ਰੱਬ ਤੁਹਾਨੂੰ ਮੁਸੀਬਤਾਂ ਨਹੀਂ ਦਿੰਦਾ ਰਾਜੇ ਉਹ ਤੁਹਾਨੂੰ ਉਹ ਚੀਜ਼ਾਂ ਵਾਸਤੇ ਤਿਆਰ ਕਰ ਰਿਹਾ ਨਾ ਜੋ ਚੀਜ਼ਾਂ ਉਹਨੇ ਢੋਡੇ ਵਾਸਤੇ ਸੋਚ ਕੇ ਰੱਖੀਆਂ ਆ ਉਹਨੇ ਤੁਹਾਡੇ ਵਾਸਤੇ ਬਹੁਤ ਚੀਜ਼ਾਂ ਵਧੀਆ ਸੋਚ ਕੇ ਰੱਖੀਆਂ ਹੋਣਗੀਆਂ ਤਾਂ ਕਦੇ ਵੀ ਆਪ ਦੇ ਆਪ ਤੇ ਡੀਮੋਟੀਵੇਟ ਨਹੀਂ ਹੋਣਾ ਕਦੇ ਵੀ ਕਦੇ ਵੀ ਡੀਮੋਟੀਵੇਟ ਨਹੀਂ ਹੋਣਾ ਹਮੇਸ਼ਾ ਮੋਟੀਵੇਟ ਰਹਿਣਾ ਕਿ ਰੱਬ ਨੇ ਸਾਡੇ ਵਾਸਤੇ ਬਹੁਤ ਵਧੀਆ ਕੁਝ ਸੋਚ ਕੇ ਰੱਖਿਆ ਹੈ ਤਾਂ ਹੀ ਉਹ ਰੱਬ ਕਹਿੰਦਾ ਰੱਬ ਮੁਸੀਬਤਾਂ ਵੀ ਉਹਨਾਂ ਨੂੰ ਦਿੰਦਾ ਹੈਗਾ ਜਿਹਨਾਂ ਦੇ ਕੰਧਿਆਂ ਵਿੱਚ ਉਹਨਾਂ ਨੂੰ ਸਹਿਣ ਕਰਨ ਦਾ ਪਾਰ ਹੁੰਦਾ ਹੈਗਾ ਜਿਹੜਾ ਬੰਦਾ ਸਹਿਨ ਕਰ ਸਕਦਾ ਹੈ ਨਾ ਉਹਨੂੰ ਹੀ ਮੁਸੀਬਤਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਰੱਬ ਨੂੰ ਵੀ ਪਤਾ ਹੈ ਕਿ ਹਾਂ ਯਾਰ ਇਹ ਬੰਦਾ ਕਰ ਲੇਗਾ ਇਹ ਬੰਦਾ ਕਰ ਲੇਗਾ ਇੱਥੋਂ ਅੱਗੇ ਵੱਧ ਜਾਊਗਾ ਤਾਂ ਸਾਰੇ ਦਣਿਆਂ ਨੇ ਕਿਸੇ ਨੇ ਵੀ ਨੈਗੇਟਿਵਿਟੀ ਨਹੀਂ ਲੈਣੀ ਡੀਮੋਟੀਵੇਟ ਨਹੀਂ ਹੋਣਾ ਤਾਂ ਠੀਕ ਹੈ ਆਜੋ ਵੀ ਚੱਲਦੇ ਅੱਗੇ ਡਨ ਲਾਈਕ ਐਂਡ ਸ਼ੇਅਰ 188 ਬੱਚਾ ਹੋ ਗਿਆ ਫਟਾਫਟ ਮਾਰੋ ਇੱਕ ਕਦਾ ਜਣਾ ਸ਼ੇਅਰ ਮਾਰੋ ਜਿਹੜਾ ਰਹਿ ਗਿਆ ਹੈਗਾ ਫਟਾਫਟ ਜੋ ਨਵੇਂ ਜੁੜੇ ਹੈਗੇ ਬਿਨਾ ਕਾਪੀ ਪੈਂਦਾ ਤੁਹਾਡੇ ਨਾਲ ਵਾਦਾ ਹੈਗਾ ਮਜ਼ਾ ਆ ਜਾਏਗਾ ਅੱਜ ਕਲਾਸ ਲਾ ਕੇ ਮਜ਼ਾ ਆ ਜਾਏਗਾ ਮਜ਼ਾ ਤਾਂ ਤੁਹਾਨੂੰ ਵੇਸੇ ਡੇਲੀ ਸਾਰੀਆਂ ਕਲਾਸਾਂ ਲਾ ਕੇ ਆਂਦਾ ਹੈਗਾ ਅੱਜ ਕੁਝ ਕਲਾਸ ਸਪੈਸ਼ਲ ਹੈਗਾ ਅੱਜ ਕੁਝ ਅੱਜ ਕੁਝ ਕਲਾਸ ਸਪੈਸ਼ਲ ਹੈਗਾ ਤੁਹਾਡੇ ਵਾਸਤੇ ਇੱਕ ਟੇਬਲ ਵੀ ਬਣਾਈ ਹੈ ਉਹਦੀ वह तो वह शेयर करोगे तो पता ही अपने टेलीग्राम का टेलीग्राम से तुम्हें तो पी डी भी मिल जाएगी चलिए अगे चलो अभी लो भाई का नाम आ जाओ फटाफट आ जाओ हाँ जी हाँ जी वेरी गुड मॉर्निंग वेरी गुड मॉर्निंग दीप चोपड़ा ओके okay. चलो भी लाइक कर दो एक सौ चौदह बच्चों ने लाइक किया है सिपल इंटरस्ट कंपाउंड इंटरस्ट चलने आप अजला जे दोनों चीजें दोनों टॉपिक आप्ठे ही करा टॉपिक एको ही होंगे है एक सिंपल होंगे कंपाउंड हूं उतो ही दूजी चीज बनी हुई है नाम अलग अलग देते कि सिंपल लग, लग। अलग है कंपाउंड अलग 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 तो है बट एक्चुअल जो कंपाउंड बनया वो सिंपल लगन तो बाद ही बनिया हुआ चलो भी आ जाओ ਸਾਰੇ ਲਾ ਸਕਦੇ ਆ ਵੀ ਸਾਰੇ ਲਾ ਸਕਦੇ ਕੋਈ ਵੀ ਪੇਪਰ ਕਿਸੇ ਵੀ ਪੇਪਰ ਚਾਹੁੰਦਾ ਹਰ ਇੱਕ ਪੇਪਰ ਚਾਹੁੰਦਾ ਹੈਗਾ ਤਾਂ ਅੱਜ ਵੱਧ ਤੋਂ ਵੱਧ ਸ਼ੇਅਰ ਕਰਨਾ ਅੱਜ ਗਿਣਤੀ ਵੱਧ ਵੱਧ ਹੋਣੀ ਚਾਹੀਦੀ ਹੈ ਇਸ ਕਲਾਸ ਦੇ ਵਿੱਚ ਤਾਂ ਫਟਾਫਟ ਚਲਦੇ ਆ ਗਿਆ ਕਲਾਸ ਦੇ ਵਿੱਚ ਆ ਜਾਓ ਮਜ਼ਾ ਆ ਜਾਏਗਾ ਅੱਜ ਆ ਇਹ ਇਤਿਹਾਸ ਲਿਖਣੇ ਲਈ ਕਲਮ ਨਹੀਂ ਹੌਸਲੇ ਦੀ ਜ਼ਰੂਰਤ ਹੁੰਦੀ ਹੈ ਆਪਾਂ ਲਿਖਾਂਗੇ ਪਰਮਿੰਦਰ ਕੋਰ ਘਰੇ ਸਰ ਟੈਲੀਗ੍ਰਾਮ ਦੱਸ ਦੋ ਪਰਮਿੰਦਰ ਕੋਰ ਜੀ ਮੈਥਸ ਬਾਈ ਅੰਕੁਸ਼ ਸਰ ਕਰੋਗੇ ਮੈਥਸ ਬਾਈ ਅੰਕੁਸ਼ ਸਰ ਲਿਖੋਗੇ ਟੈਲੀਗ੍ਰਾਮ ਤੇ ਆ ਜੂਗਾ 800 ਬੱਚਾ ਜੁੜ ਚੁੱਕਿਆ ਉੱਥੇ ਜਾ ਕੇ ਤੁਸੀਂ ਵੀ ਜੁੜ ਜਿਓ ਜੀ ਤਾਂ ਜਿਨ੍ਹਾਂ ਨੇ 8247 ਦੀ ਐਪਲੀਕੇਸ਼ਨ ਡਾਊਨਲੋਡ ਨਹੀਂ ਕੀਤੀ ਡਾਊਨਲੋਡ ਕਰ ਲਿਓ ਤੁਹਾਨੂੰ ਪਤਾ ਹੈ ਕੀ ਮਿਲਦਾ ਹੈਗਾ ਸਟੱਡੀ ਮਟੀਰੀਅਲ ਕਰੰਟ ਅਫੇਅਰ ਜੋਬ ਵਾਲਾ ਡੇਲੀ ਕੁਇਜ਼ ਸਬਜੈਕਟ ਵਾਈਜ਼ ਕੁਇਜ਼ ਮੈਗਜ਼ੀਨ ਐਂਡ ਮੈਨੀ ਮੋਰ ਥਿੰਗਸ ਬਹੁਤ ਸਾਰਾ ਕੁਝ ਮਿਲਦਾ ਹੈ ਤੇ ਅਡਾ 247 ਪੰਜਾਬ ਅਡਾ 247 ਦਾ ਜੋਨ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਜਾ ਕੇ ਕਰ ਲਿਓ ਤੁਹਾਡੀ ਫੈਮਿਲੀ ਆ ਤੁਹਾਡੇ ਵਾਸਤੇ ਦਿਨ ਰਾਤ ਮਿਹਨਤ ਕਰਦੀ ਹੈਗੀ ਹੈ ਤੇ ਜਾ ਕੇ ਜਰੂਰ ਕਰ ਲਿਓ ਸਬਸਕ੍ਰਾਈਬ ਠੀਕ ਹੈ ਤੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਆਜੋ ਠੀਕ ਹੈ ਫਸਟ ਆਫ 올 ਤਾਂ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਦਾ ਬੇਸਿਕ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਬੇਸਿਕ ਚੀਜ਼ਾਂ ਹੁੰਦੀਆਂ ਕਿ ਕੁਝ ਹੈਗੀ ਬੇਸਿਕ ਚੀਜ਼ਾਂ ਖਤਮ ਕਰਕੇ ਆਪਾਂ ਐਡਵਾਂਸ ਜਦਾਂ ਤੇਵਾਂਗੇ ਕਿ ਹਾਂ ਐਡਵਾਂਸ ਜਦਾਂ ਕੀ ਕੁਝ ਨਹੀਂ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਆਜੋ ਵੀ ਹੁਣ ਕਲਾਸ ਦੀ ਸਟਾਰਟ ਕੀਤੀ ਜਾਵੇ ਤਾਂ ਤੁਹਾਡਾ ਲਾਈਕ ਸ਼ੇਅਰ ਨਹੀਂ ਰੁਕਣਾ ਚਾਹੀਦਾ ਬਸ ਮੇਰ ਤੋਂ ਆ ਮੇਰੀ ਰਿਕਵੈਸਟ ਆਹੀ ਹੈ ਤੁਹਾਡੇ ਤੋਂ ਅੱਜ ਕਿ ਵੱਧ ਤੋਂ ਵੱਧ 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 ਬੱਚਾ ਇਹ ਸਿੱਖੇ ਜਾਵੇ ਚੀਜ਼ਾਂ ਦੇਖੋ ਇੱਕ ਤਾਂ ਹੁੰਦਾ ਸਿੰਪਲ ਇੰਟਰਸਟ ਠੀਕ ਹੈ ਇਹਨੂੰ ਮੈਂ ਸ਼ਾਰਟ ਫਾਰਮ ਚ ਮੈਂ ਐਸਾ ਹੀ ਕ एस आई एक हो गया सी आई फॉर्म लेके चला एक हो गया एस आई एक हो गया सी आई एना दोनों च राजे फर्क की हूँ एना दोनों फर्क की होंगे दस दो फटाफट पता है ना फर्क कि एस आई तो होंगे सिंपल इंटरस्ट होंगे जो हर साल एक फिक्स अमाउंट होंगी हैगी है, है जो कंपाउंड इंटरस्ट होंगे राजे हो की है ਕੰਪਾਊਂਡ ਇੰਟਰਸਟ ਕੀ ਹੁੰਦਾ ਹੈਗਾ ਪਹਿਲੇ ਬੇਸਿਕ ਸਮਝ ਲਓ ਉਸ ਤੋਂ ਬਾਅਦ ਬਿਨਾ ਪੈਂਚ ਕੇ ਕੁਐਸਚਨ ਵੀ ਕਰਵਾਉਂਗਾ ਬੇਸਿਕ ਸਮਝਣਾ ਜ਼ਰੂਰੀ ਹੈਗਾ ਇਹ ਚੀਜ਼ਾਂ ਧਿਆਨ ਚ ਰੱਖਿਆ ਜੀ ਇੱਕ ਹੋ ਗਿਆ ਐਸਆਈ ਜੂ ਨੂੰ ਆਪਾਂ ਸਰਲ ਵਿਆਜ ਕਹਿ ਦਿੰਦੇ ਆ ਸੀਆਈ ਨੂੰ ਆਪਾਂ ਕੀ ਕਹਿ ਦਿੰਦੇ ਆ ਮਿਸ਼ਰੀਤ ਵਿਆਜ ਮਿਸ਼ਰੀਤ ਵਿਆਜ ਮਤਲਬ ਠੀਕ ਹੈ ਠੀਕ ਆਜੋ ਸਿੰਪਲ ਇੰਟਰਸਟ ਚੀਜ਼ਾਂ ਧਿਆਨ ਵਾਲੀ ਰੱਖਣ ਵਾਲੀ ਕੀ ਹੈ ਹੈਗੀ ਇਹ ਹਰ ਸਾਲ ਇੱਕ ਫਿਕਸ ਅਮਾਊਂਟ ਰਹੇਗੀ ਇਹ ਹਰ ਸਾਲ ਇੱਕ ਫਿਕਸ ਅਮਾਊਂਟ ਰਹੇਗੀ ਮੰਨ ਲਓ ਮੈਂ ਗਿਆ ਬੈਂਕ ਦੇ ਵਿੱਚ ਜਾਂ ਤੁਸੀਂ ਕੋਈ ਵੀ ਜਣਾ ਬੈਂਕ 'ਚ ਗਿਆ ਤੁਸੀਂ 500 ਰੁਪਏ ਬੈਂਕ 'ਚ ਪਾਤਾ 500 ਰੁਪਏ ਬੈਂਕ ਚ ਪਾਤਾ ਮੰਨ ਲਓ ਇੱਥੇ 500 ਪਾ ਰਹੇ ਆ ਮੰਨ ਲਓ ਇੱਥੇ ਜੋ ਪ੍ਰਿੰਸੀਪਲ ਹੈ ਦੇਖੋ ਪੀ ਦਾ ਮਤਲਬ ਕੀ ਹੈ ਪ੍ਰਿੰਸੀਪਲ ਹੈ ਪ੍ਰਿੰਸੀਪਲ ਮਤਲਬ ਆਪਾਂ ਕੀ ਕਹਿ ਦਨੇ ਆ ਅਮਾਉਂਟ ਕਹਿ ਦਨੇ ਆ ਠੀਕ ਹੈ ਥੋੜੇ ਜਿਹਾ ਸ਼ੋਰਟ ਜਾਣ ਲਿਖਿਆ ਜੀ ਪ੍ਰਿੰਸੀਪਲ ਦਾ ਮਤਲਬ ਹੈ ਅਮਾਉਂਟ ਲਿਖ ਲਿਆ ਜੇ ਸਾਈਡ ਬਾਈ ਸਾਈਡ ਮੈਂ ਸ਼ੋਰਟਕਟ ਯੂਜ਼ ਕਰਾਂਗਾ ਥੋੜੇ ਜਿਹਾ ਪ੍ਰਿੰਸੀਪਲ ਦਾ ਮਤਲਬ ਹੋਗਾ ਅਮਾਉਂਟ ਜੋ ਆਪਾਂ ਖਾਤੇ ਵਿੱਚ ਪਾਏ ਜੋ ਆਪਾਂ ਬੈਲੈਂਸ ਹੈਗਾ ਆਪਣਾ ਜਿਹਦੇ ਤੇ ਵਿਆਜ ਲੱਗੇਗਾ ਉਹ ਪੀ ਹੈਗਾ ਆਰ ਦਾ ਮਤਲਬ ਹੈ ਰੇਟ ਰੇਟ ਆਫ ਇੰਟਰਸਟ ਮਤਲਬ 10% ਤੋ ਤੁਹਾਨੂੰ ਪਤਾ ਹੈ ਕਿ ਹਰੇ ਕੋਈ ਵੀ ਨੰਬਰ ਹੈ ਜੇਕਰ ਉਹਦਾ 10% ਕੱਢਣਾ ਹੈ ਕੋਈ ਵੀ ਨੰਬਰ ਹੈ ਜੇਕਰ ਉਹਦਾ 10% ਕੱਢਣਾ ਹੈਗਾ 500 ਰੁਪਏ ਮੈਂ ਬੈਂਕ ਚ ਪਾਏ ਸੀਗੇ 10% ਮੈਨੂੰ ਵਿਆਜ ਮਿਲੇਗਾ ਤਾਂ 10% ਕਿੰਨਾ ਹੋ ਜਾਏਗਾ 50 ਹੋ ਜਾਏਗਾ ਕਿ ਕਿਸੇ ਵੀ ਨੰਬਰ ਦਾ ਜੇਕਰ 10% ਕੱਢਣਾ ਹੈ ਕਿਸੇ ਵੀ ਨੰਬਰ ਦਾ ਜੇਕਰ 10% ਕੱਢਣਾ ਹੈ ਰਾਜੇ ਤੱਕ ਹੀ ਕਰਦੇ ਇੱਕ ਪੁਆਇੰਟ ਲਾ ਦੇਣੇ ਆ ਮਤਲਬ 50 ਰੁਪਏ ਵਿਆਜ ਮਿਲੂਗਾ ਇੱਕ ਸਾਲ ਦਾ ਇਹਨੀ ਗੱਲ ਕਲੀਅਰ ਹੈ ਇਹਨੀ ਗੱਲ ਕਲੀਅਰ ਹੈ ਇਹ ਹਮੇਸ਼ਾ ਕੀ ਹੋਏਗਾ ਸਿੰਪਲ ਦੇ ਵਿੱਚ ਆ ਚੀਜ਼ ਹਮੇਸ਼ਾ ਫਿਕਸ ਹੋਏਗੀ ਇਹ ਹਮੇਸ਼ਾ ਹੀ 50 ਰੁਪਏ ਮਤਲਬ ਹਰ ਸਾਲ ਤੁਹਾਡੇ ਖਾਤੇ ਵਿੱਚ 50 ਰੁਪਏ ਇੱਕ ਵਿਆਜ ਦੇ ਤੌਰ ਤੇ ਜੁੜਦੇ ਰਹਿਣਗੇ। ਕਲੀਅਰ ਅ ਨਹੀਂ ਗੱਲ ਹਰ ਸਾਲ ਤੁਹਾਡੇ ਖਾਤੇ ਵਿੱਚ ਕੀ ਹੋਊਗਾ 50 ਰੁਪਏ ਵਿਆਜ ਦੇ ਤੌਰ ਤੇ ਜੁੜਦੇ ਰਹਿਣਗੇ। ਹੁਣ ਮੰਨ ਲਓ 1 ਸਾਲ ਬਾਅਦ 50 ਦੂਜੇ ਸਾਲ ਵੀ 50 ਤੀਜੇ ਸਾਲ ਵੀ 50 ਮਤਲਬ ਜਦੋਂ ਤੱਕ ਤੁਹਾਡਾ ਪੈਸਾ ਪਿਆ ਹੈ ਇਹ 50 ਰੁਪਏ ਨਹੀਂ ਚੇਂਜ ਹੋਣਗੇ ਹਰ ਸਾਲ 50 ਰੁਪਏ ਜੁੜਦੇ ਰਹਿਣਗੇ। ਕੰਪਾਊਂਡ ਇੰਟਰਸਟ ਨਹੀਂ ਹੁੰਦਾ ਗਾਵੇਂ ਪਰ ਕੰਪਾਊਂਡ ਚ ਮੰਨ ਲਓ 500 ਤੁਸੀਂ ਜਮ੍ਹਾਂ ਕਰਾਇਆ 10% ਵਿਆਜ ਪਾਏਗਾ 10% ਮਤਲਬ 50 ਭਾਵੇਂ 10 ਦਾ 10% ਕਿੰਨਾ ਹੋ ਜਾਏਗਾ 50 ਮਤਲਬ ਤੁਹਾਡੇ ਖਾਤੇ ਚ ਕਿੰਨੇ ਹੋਗੇ ਰਾਜੇ 550 ਹੋਗੇ ਤੁਹਾਡੇ ਖਾਤੇ ਚ ਕਿੰਨੇ ਹੋਗੇ 550 ਹੋਗੇ ਹੋਗੇ ਨਾ ਤੁਹਾਡੇ ਖਾਤੇ ਚ ਕਿੰਨੇ ਹੋਗੇ 550 ਹੋਗੇ ਹੁਣ 550 ਤੇ ਕੀ ਹੋਏਗਾ 10% ਹੋਏਗਾ ਮਤਲਬ 1 ਸਾਲ ਬਾਅਦ ਤੁਹਾਡੇ ਜਿੰਨੀ ਅਮਾਉਂਟ ਖਾਤੇ ਤੇ ਹੋਗੀ ਜਿੰਨੀ ਅਮਾਉਂਟ ਖਾਤੇ ਚ ਹੋਗੀ 500 ਦੇ 550 ਹੈ ਮਤਲਬ ਜੋ ਅਗਲਾ ਵਿਆਜ ਲੱਗੇਗਾ ਨਾ ਉਹ 550 ਤੇ ਲੱਗੇਗਾ ਕਿਉਂਕਿ ਤੁਹਾਡੇ ਖਾਤੇ ਚ 550 ਰੁਪਏ ਹੈ ਅਗਲਾ ਵਿਆਜ 550 ਤੇ ਲੱਗੇਗਾ ਮਤਲਬ ਪ੍ਰੋਸੈਸ ਕੀ ਹੋਇਆ ਵਿਆਜ ਤੇ ਵਿਆਜ ਲੱਗਣ ਦਾ ਪ੍ਰੋਸੈਸ ਹੋਇਆ ਵਿਆਜ ਤੇ ਵਿਆਜ ਲੱਗਣ ਦਾ ਪ੍ਰੋਸੈਸ ਹੋਇਆ 550 ਦਾ 10% ਮਤਲਬ 55 ਹੋਏਗਾ 55 ਰੁਪਏ ਵਜਨਗੇ 605 ਹੁਣ ਜੋ ਅਗਲਾ ਵਿਆਜ ਲੱਗੇ ਉਹ ਇਸ ਤੇ ਲੱਗੇਗਾ ਠੀਕ ਹੈ ਇਹ ਪ੍ਰੋਸੈਸ ਕੰਟੀਨਿਊ ਰਹਿੰਦਾ ਜਦੋਂ ਤੱਕ ਆਪਣੀ ਅਮਾਉਂਟ ਉੱਥੇ ਪਈ ਰਹਿੰਦੀ ਹੈਗੀ ਐਨੀ ਚੀਜ਼ ਕਲੀਅਰ ਹੋ ਗਈ ਹੋਵੇ ਤਾਂ ਰਾਜੇ ਫਟਾਫਟ ਦੱਸ ਦੋ ਐਨੀ ਚੀਜ਼ ਕਲੀਅਰ ਹੋ ਗਈ ਹੋਵੇ ਤਾਂ ਫਟਾਫਟ ਦੱਸ ਦੋ ਕਿ ਪਰ ਪ੍ਰੋਸੈਸ ਸਮਝ ਆ ਗਿਆ ਨਾ ਇਹ ਤਾਂ 50 ਰੁਪਏ ਫਿਕਸ ਰਹੇਗਾ ਇਹ ਫਿਕਸ ਨਹੀਂ ਹੁੰਦਾ ਇਹ ਹਰ ਸਾਲ ਬਦਲਦਾ ਰਹਿੰਦਾ ਜਿੱਥੇ 50 ਰੁਪਏ ਆਇਆ ਥਿੱਪ ਕਿੰਨਾ ਆਇਆ 55 ਆਇਆ ਇੱਥੇ ਕਿੰਨਾ ਆਏਗਾ 66.5 ਆਏਗਾ ਠੀਕ ਹੈ ਇਹ ਚੀਜ਼ ਹਮੇਸ਼ਾ ਬਦਲਦੀ ਰਹਦੀ ਹੈਗੀ ਹੈ ਇਹ ਚੀਜ਼ ਬਦਲਦੀ ਰਹਦੀ ਹੈ। தம்ਸ ਅਪ ਕਰ ਦੋ ਫਟਾਫਟ ਅਗਰ ਗੱਲ ਕਲੀਅਰ ਹੋ ਗਈ ਹੋਵੇ ਤਾਂ। ਕੰਪਾਊਂਡ ਇੰਟਰਸਟ ਦਾ ਮਤਲਬ ਹੈ ਇੰਟਰਸਟ ਤੇ ਇੰਟਰਸਟ। ਜੋ ਆਪਣਾ ਵਿਆਜ ਲੱਗਿਆ ਨਾ ਪਿਛਲੇ ਸਾਲ ਉਹਦੇ ਤੇ ਵੀ ਵਿਆਜ ਲੱਗੇਗਾ। ਤੇ ਇਹ ਚੀਜ਼ ਹੈਗੀ ਹੈ ਇਹ ਚੀਜ਼ ਹੈਗੀ ਹੈ ਹਰ ਸਾਲ ਇੱਕ ਫਿਕਸ ਅਮਾਊਂਟ ਰਹੇਗੀ। ਕਲੀਅਰ ਹੈ? ਕਲੀਅਰ ਹੈ ਫਟਾਫਟ ਦੱਸ ਦੋ। ਕਲੀਅਰ ਹੈ? ਐਨੀ ਚੀਜ਼ ਕਲੀਅਰ ਹੈ? ਐਨੀ ਚੀਜ਼ ਬਹੁਤ ਬੇਸਿਕ ਚੀਜ਼ ਦੱਸੀ ਹੈਗੀ ਹੈ। ਜੋ অলমোਸਟ ਸਾਰੇ ਬੱਚਾ ਨੂੰ ਪਤਾ ਹੋਣੀ ਜੋ অলমোਸਟ ਸਾਰੇ ਬੱਚਾ ਨੂੰ ਕੀ ਹੋਣੀ ਪਤਾ ਹੋਣੀ ਤਾਂ ਫਟਾਫਟ ਇੱਕ ਵਾਰੀ ਲਾਈਕ ਸ਼ੇਅਰ ਵਾਲਾ ਕੰਮ ਕਰ ਦਿਓ 232 ਬੱਚਾ ਹੋ ਚੁੱਕੇ ਅੱਜ ਮੈਂ ਜਿੰਨਾ ਮੈਕਸ ਤੋਂ ਮੈਕਸ ਲੈ ਕੇ ਜਾਣਾ ਹੈ ਚਾਹਨਾ ਇਸ ਕਲਾਸ ਦੇ ਵਿੱਚ ਬਹੁਤ ਐਫਰਟਸ ਲਗਾਇਆ ਤੁਨੋਗੇ ਦੇਖ ਵੀ ਜਾਣਗੇ ਐਫਰਟਸ ਮੇਰੇ ਤਾਂ ਫਟਾਫਟ ਸਾਰੇ ਜਣਿਆਂ ਦਾ ਕੰਮ ਕੀ ਹੈਗਾ ਲਾਈਕ ਸ਼ੇਅਰ ਵਾਲਾ ਕੰਮ ਕਰ ਦਿਓ ਠੀਕ ਹੈ ਚਲਿਏ ਅੱਗੇ ਆਜੋ ਇਹ ਤਾਂ ਗੱਲ ਹੋ ਗਈ ਇੱਥੇ ਤੱਕ ਇਹ ਤਾਂ ਗੱਲ ਹੋ ਗਈ ਇੱਥੇ ਤੱਕ ਹੁਣ ਸੁਣ ਲੋ ਧਿਆਨ ਨਾਲ ਗੱਲ ਹੁਣ ਜੋ ਅੱਗੇ ਇੱਕ ਆਪਾਂ ਬਿਨਾ ਪੈਨ ਚੱਕ ਕੇ ਜਿੰਨਾ ਕਰਨੀ ਹੈ ਨਾ इथों ही समझ आन ग ध्यान समझते रहो ध्यान समझते रहो आपस गल मारे आपस कोई भी गल्ला मारेगा तो मेरा ध्यान हैगा ही हैगा तो फिर आपको पता ही तक कर देना है कोई आपस च गल मारेगा तो आ जाओ मान लो कुछ भी अगर अगर हैगा मान लो मैं कह दा कि सिंपल इंटरस्ट तो बड़ी सिंपल जी गल है ठीक है तुम एक बार नोट कुछ नहीं करना राजे नोट कुछ नहीं करना एक बार समझना है ਦੋਨੋਂ ਆ ਟੇਬਲ ਬਣੀ ਬਣਾਈ ਮਿਲ ਜੇਗੀ ਟੈਨਸ਼ਨ ਨਹੀਂ ਲੈਣੀ ਪੀਡੀਐਫ ਦੇ ਤੌਰ ਤੇ ਟੇਬਲ ਬਣਾ ਰਿਹਾ ਇਕ ਉਹ ਟੇਬਲ ਤੁਹਾਡੇ ਇੱਕ ਮਾਈਂਡ ਦੇ ਵਿੱਚ ਫਿੱਟ ਹੋ ਜਾਏਗੀ ਟੇਬਲ ਤੁਹਾਡੇ ਇੱਕ ਮਾਈਂਡ ਦੇ ਵਿੱਚ ਫਿੱਟ ਹੋ ਜਾਏਗੀ ਬਣੀ ਬਣਾਈ ਮਿਲ ਜਾਏਗੀ ਕਿਸੇ ਨੂੰ ਕੁਝ ਨੋਟ ਨਹੀਂ ਕਰਨਾ ਹੈਗਾ ਹਲੇ ਹਲੇ ਇੱਕ ਵਾਰੀ ਸਮਝਣ ਦਾ ਕੰਮ ਕਰੋ ਆਪਸ ਚ ਗੱਲ ਨਹੀਂ ਮਾਰਨੀ ਆਹ ਕੀ ਹੈਗਾ ਸੀਆਈ ਮਾਈਨਸ ਐਸਆਈ ਮੇਂ ਕੀ ਲਿਖਤਾ ਮਤਲਬ ਦੋਨਾਂ ਦਾ ਅੰਤਰ ਆਹ ਸਿੰਪਲ ਇੰਟਰਸਟ ਹੋ ਗਿਆ ਕੰਪਾਊਂਡ ਹੋ ਗਿਆ ਮਤਲਬ ਆਹ ਸਰਲ ਹੋ ਗਿਆ ਆਹ ਮਿਸ਼ਰਤ ਹੋ ਗਿਆ ਆਹ ਦੋਨਾਂ ਦਾ ਅੰਤਰ ਹੋ ਗਿਆ ਅਗਰ ਮੈਂ 2 ਸਾਲ ਦੀ ਟੇਬਲ ਬਣਾਵਾਂ ਰਾਜੇ 2 ਸਾਲ ਦੀ ਬਣਾਵਾ ਇਹ ਸਿਰਫ 2 ਸਾਲ ਦੀ ਬਣਾ ਲਿਆ ਹਰੇ 3 ਸਾਲ ਤੇ ਵੀ ਆਵਾਂਗੇ ਠੀਕ ਹੈ ਮੰਨ ਕੇ ਚੱਲੋ ਅਗਰ 5% ਦੇ حساب ਨਾਲ ਵਿਆਜ ਲੱਗਿਆ ਤਾਂ ਸਿੰਪਲ ਇੰਟਰਸਟ 2 ਸਾਲਾਂ ਦਾ ਕਿੰਨਾ ਬਣੇਗਾ ਸਿੰਪਲ ਇੰਟਰਸਟ ਹਰ ਸਾਲ ਇੱਕ ਫਿਕਸ ਅਮਾਉਂਟ ਹੈ ਅਗਰ 1 ਸਾਲ ਦਾ 5% ਤਾਂ 2 ਸਾਲਾਂ ਦਾ 10% ਅਗਰ 1 ਸਾਲ ਦਾ 10% ਤਾਂ 2 ਸਾਲਾਂ ਦਾ 20% ਅਗਰ 1 ਸਾਲ ਦਾ 20% ਤਾਂ 5 ਸਾਲਾਂ ਦਾ ਕਿੰਨਾ 100% ਮਤਲਬ ਸਿੰਪਲ ਇੰਟਰਸਟ ਤਾਂ ਹਮੇਸ਼ਾ ਕੀ ਹੋਏਗਾ ਫਿਕਸ ਅਮਾਉਂਟ ਰਹੇਗੀ ਹਾਂ ਜੋ ਕੀ ਹੁੰਦੀ ਰਹੇਗੀ ਗਗਨ ਸਵੀਜ਼ਨ ਕਹਿ ਰਿਹਾ ਸਰ ਵੌਇਸ ਨਾਲ ਵੀਡੀਓ ਮਿਸ ਮੈਚ ਹੈ ਰਾਜੇ ਇਹ ਗੱਲ ਹੋ ਰਹੀ ਹੈਗੀ ਆ ਜਾਂ ਇਹ ਐਵੇਂ ਹੀ ਬੋਲ ਰਿਹਾ ਮੈਂ ਹੁਣੇ ਦੱਸ ਦੂ ਮੈਂ ਬਰਦਾਸ਼ਤ ਨਹੀਂ ਕਰੂੰਗਾ ਅਗਰ ਕੋਈ ਐਵੇਂ ਬੋਲੇਗਾ ਤਾਂ ਫਟਾਫਟ ਦੱਸਿਓ ਵੌਇਸ ਵੀਡੀਓ ਮਿਸ ਮੈਚ ਹੋ ਰਹੀ ਹੈਗੀ ਹੈ ਦੱਸੋ ਵੀ ਫਟਾਫਟ ਦੱਸੋ रिफ्रेश कर लो भी आ, सर हो रही है हो रही है एक सैकेंड दौ भी ठीक है एक सैकेंड दियो ठीक है ਠੀਕ ਹੈ ਕੋਈ ਗੱਲ ਨਹੀਂ ਥੋੜੀ ਬੋਤੀ ਹੈਗੀ ਕੋਈ ਨਹੀਂ ਕੋਈ ਗੱਲ ਨਹੀਂ ਠੀਕ ਹੈ ਆਪਾਂ ਕਰਵਾ ਲਾਂਗੇ ਕੋਈ ਗੱਲ ਨਹੀਂ ਬਾਕੀ ਠੀਕ ਹੈਗਾ ਆਲਮੋਸਟ ਮੈਂ ਦੇਖ ਚੁੱਕਿਆ ਹੋ ਜਾ ਕੋਈ ਨਹੀਂ ਮੈਂ ਰੀਫਰੈਸ਼ ਕਰਤਾ ਅਗਰ ਤੁਸੀਂ ਵੀ ਰੀਫਰੈਸ਼ ਕਰ ਲਓ ਰੀਫਰੈਸ਼ ਕਈ ਵਾਰੀ ਬਫਰ ਹੋਣ ਲੱਗ ਜਾਂਦਾ ਠੀਕ ਹੈ ਆਜੋ ਅੱਗੇ ਹੁਣ 2 ਸਾਲਾਂ ਦੀ ਗੱਲ ਕਰਾ ਅਗਰ 4% ਹੈਗਾ ਮੰਨ ਲਓ ਆਪਾਂ 3% ਤੋਂ ਚੱਲਦੇ ਆਂ 4% ਤੋਂ ਜਿੱਥੇ ਮਰਜ਼ੀ ਚੱਲੋ ਆਗਰ ਮੈਂ ਦੀ ਗੱਲ ਕਰਾਂ 3% ਹੈਗਾ ਤਾਂ ਆ ਤਾਂ 2 ਸਾਲਾਂ ਵਾਸਤੇ ਕਿੰਨਾ ਹੋਊਗਾ 6% ਹੋਊਗਾ ਅਗਰ 4% ਹੈਗਾ ਤਾਂ ਆ ਕਿੰਨਾ ਹੋਏਗਾ परसेंट होएगा मतलब दुगना जस्ट अगर पंजेंट है तो राजे दस परसेंट होगा ना मतलब जस्ट दुगना जस्ट दुगना होएगा ना होएगा ना क्लियर है ना चलो मतलब दुगना ही करना है जस्ट एक सिंपल जी गल है दो साल दुगना तीन सालों वास्ते तिगुना चार साल वास्ते चार गुना मतलब यही कम रहना है सिंपल इंटरेस्ट की तो सिंपल जी गल है अगर एक साल का पां प्रसेंट लगेगा तो पांच साल का कि पच्ची प्रसेंट लगेगा आ प्रोसैस कंटिन्यू रहता अगर छे प्रसेंट हैगा तो आ कि होगा बारह प्रसेंट ब्याज देकर जाएगा अगर सत्त परसेंट हैगा तो आना दे के जाएगा राजे चौदह प्रसेंट ब्याज देकर जाएगा मैं वारी वारी कह रहा नोट नहीं करना ਮੈਂ ਵਾਰੀ ਵਾਰੀ ਕਹਿ ਰਿਹਾ ਹੈਗਾ ਨੋਟ ਨਹੀਂ ਕਰਨਾ ਹੈਗਾ ਤੁਸੀਂ ਸਮਝਣਾ ਹੈਗਾ ਤੁਹਾਨੂੰ ਬਣਾ ਬਣਾਏ ਦੇ ਦੂੰਗਾ ਟੈਨਸ਼ਨ ਨਾ ਲਓ ਇੱਕ ਪੀਡੀਐਫ ਦੇ ਤੌਰ ਤੇ ਬਣਾ ਬਣਾਏ ਦੇ ਦੂੰਗਾ ਠੀਕ ਹੈ ਆਜੋ 3 ਦਾ 6 4 ਦਾ 8 2 ਸਾਲਾਂ ਦੀ ਟੇਬਲ ਹੈ ਚਾਹ ਹਨ ਕਿ 2 ਸਾਲਾਂ ਦਾ ਇੰਟਰਸਟ ਦੀ ਕਾਊਂਟ ਕਰ ਰਹੇ ਹੈਗੇ ਤਾਂ ਹੁਣ ਮੈਂ ਗਿਆ ਬੈਂਕ ਦੇ ਵਿੱਚ ਮੈਨੂੰ 3% ਦੇ ਹਿਸਾਬ ਨਾਲ ਵਿਆਜ ਦੇ ਰਿਹਾ 2 ਸਾਲਾਂ ਵਾਸਤੇ ਅਗਰ ਮੈਂ ਪੈਸਾ ਰੱਖੂਗਾ ਤਾਂ ਮੈਨੂੰ 6% ਵਿਆਜ ਦੇਣਗੇ ਸਿੰਪਲ ਤਾਂ 6% ਦੇਣਗੇ ਰਾਜੇ ਕੰਪਾਊਂਡ ਕਿੰਨਾ ਦੇਣਗੇ ਕੰਪਾਊਂਡ ਕਿੰਨਾ ਦੇਣਗੇ ਇਹ ਪੁੱਛ ਰਿਹਾ ਹੈਗਾ ਅਗਰ ਕੰਪਾਊਂਡ ਦੀ ਗੱਲ ਕਰ ਰਿਹਾ तो कंपाउंड की होएगा राजे गलत ना करो अगर तीन प्रसेंट है देख लो आ चीज बड़ी इंपोर्टेंट चीज़ है अगर अगे बिना पेन चके क्वेश्चन कर रहे इत ढंग समझ समझे लिया चाहे कमेंट कॉमेंट छदा ही करो तीन परसेंट है तीन दुगुना कि तीन दकेयर लिखना है बट पॉइंट तो बाद दो अंक ही होने चाहिए तो तीन का स्केर होंगे नौ तो नौ नहीं लिखा कि लिखा जीरो मतलब अगर मैं बैंक जाऊंगा ना अगर मैं बैंक जाऊंगा तीन प्रसेंट के हिसाब न दो साल आपका पैसा रखूंगा 10% ਦੇ حساب ਨਾਲ 2 ਸਾਲਾਂ ਵਾਸਤੇ ਪੈਸਾ ਰੱਖੂਗਾ ਤਾਂ ਪੈਸਾ ਮੈਨੂੰ ਇੰਟਰਸਟ ਕਿੰਨਾ ਦੇਣਗੇ 6.09% ਦੇਣਗੇ ਮਤਲਬ ਜਿੰਨੀ ਵੀ ਅਮਾਉਂਟ ਹੈ ਨਾ ਉਹਦਾ ਕਿੰਨਾ 6.09% ਮੈਨੂੰ ਕੀ ਮਿਲੇਗਾ ਇੰਟਰਸਟ ਮਿਲੇਗਾ ਇੰਟਰਸਟ ਮਿਲੇਗਾ ਕਲੀਅਰ ਹੈ ਤਾਂ 4 ਵਾਸਤੇ 4% ਵਾਸਤੇ ਕੀ ਹੋ ਜਾਏਗਾ 4 ਦਾ ਦੁਗਣਾ ਕਰੋ ਕਿੰਨਾ 8 4 ਦਾ ਪੁਆਇੰਟ ਕਰਕੇ ਸਕੁਅਰ ਲਿਖ ਦੋ ਕਿੰਨਾ 8.16% 8.16% ਅਗਰ 5% ਦੇ حساب ਨਾਲ ਪੈਸਾ ਪਾਇਆ ਤਾਂ ਸੀਆਈ 5 ਦਾ ਦੁਗਣਾ ਕਿੰਨਾ ਹੋ ਗਿਆ 10 5 ਦਾ ਸਕੁਅਰ ਕਿੰਨਾ ਹੋ ਗਿਆ 25 5 ਦਾ ਸਕੁਅਰ ਕਿੰਨਾ ਹੋ ਗਿਆ 25 clear ਹੈ ਨਾ ਮਜ਼ਾ ਆ ਰਿਹਾ ਹੈ ਨਾ ਸਮਝ ਆ ਰਹੀ ਹੈ ਨਿਗਲ ਕਿ ਐਨੇ ਪਰਸੈਂਟ ਮੈਨੂੰ ਪੈਸਾ ਮਿਲੇਗਾ ਵਿਆਜ ਦੇ ਤੌਰ ਤੇ ਐਨੇ ਪਰਸੈਂਟ ਮੈਨੂੰ ਪੈਸਾ ਮਿਲੇਗਾ ਵਿਆਜ ਦੇ ਤੌਰ ਤੇ ਅਗਰ ਮੈਂ 6% ਦੇ ਹਿਸਾਬ ਨਾਲ ਪੈਸਾ ਪਾਇਆ ਤਾਂ 6 ਦਾ ਦੁਗਣਾ ਕਿੰਨਾ 12 6 ਦਾ ਸਕੁਅਰ ਕਿੰਨਾ 36 12.36% ਮੈਨੂੰ ਕੀ ਮਿਲੇਗਾ ਇੰਟਰਸਟ ਮਿਲੇਗਾ CI CI ਮਿਲੇਗਾ ਮੈਨੂੰ ਮਿਲੇਗਾ ਨਾ ਅਗਰ ਮੈਂ 7% ਦੇ ਹਿਸਾਬ ਨਾਲ ਪੈਸਾ ਪਾਇਆ 7% ਦੇ ਨਾਲ ਤਾਂ ਸਾਦਾ ਦੁਗਣਾ ਕਿੰਨਾ 14 ਸਾਦਾ ਸਕੁਅਰ ਕਿੰਨਾ 49 ਮਤਲਬ 14.49% ਇਹਦੇ ਚ ਪੈਂਚਲਾਨ ਦੀ ਜਰੂਰਤ ਹੈ ਕਿ ਇਹਦੇ ਚ ਪੈਂਚਲਾਨ ਦੀ ਜਰੂਰਤ ਹੈ ਕਿ ਪਤਾ ਚੱਲ ਰਿਹਾ ਨਾ ਕਿੰਨੇ ਪਰਸੈਂਟ ਪੈਸਾ ਮਿਲੇਗਾ ਮੈਨੂੰ ਮੈਨੂੰ ਐਨੇ ਪਰਸੈਂਟ ਵਿਆਜ ਦੇ ਤੌਰ ਤੇ ਪੈਸਾ ਮਿਲੇਗਾ ਫਿਰ ਹੁਣ ਅੱਗੇ ਦੇਖ ਲਓ ਜਦੋਂ ਵੀ ਜੋ ਅੰਤਰ ਹੁੰਦਾ ਨਾ ਜੋ ਆਪਣਾ ਇੱਕ ਸਿੰਪਲ ਤੇ ਕੰਪਾਉਂਡ ਦਾ ਜੋ ਅੰਤਰ ਹੁੰਦਾ ਮਤਲਬ ਜੋ ਡਿਫਰੈਂਸ ਹੁੰਦਾ ਆ ਡਿਫਰੈਂਸ ਹੈ ਨਾ ਜੋ ਡਿਫਰੈਂਸ ਹੋਏਗਾ ਨਾ ਉਹ ਰੇਟ ਦਾ ਹਮੇਸ਼ਾ ਸਕੁਅਰ ਹੋਏਗਾ याद रख लो रेट हमेशा स्केयर होएगा देख लो हम अगर इन्ह दो का अंतर क्डा सी आई तो एस आई का अंतर क्डा अगर इन्ह दो का अंतर क्डा तो अंतर कि होगा छे पॉइंट जीरो नो तो छे घटाऊगा तो की आएगा पॉइंट जीरो नो आएगा ना तो जीरो नो की है तीन देयर ही है दिर दिर तो चार दकेर लिख दो उधर कि बाद सोलह प्रसेंट पांच दसयर लिखों किएगा पॉइंट पच्ची प्रसेंट छे का स्केर लिखोंगा कि आ जाएगा पॉइंट छत्ती प्रसेंट सात दसयर लिखोगे कि आ जाएगा पॉइंट उन्जा प्रसेंट ਇੰਨੀ ਗੱਲ ਚ ਕੋਈ ਕਿੰਤੂ ਕੋਈ ਪਰੰਤੂ ਕਿਸੇ ਦਾ ਕੁਝ ਜੀ ਘਬਰਾਉਂਦਾ ਉਲਟੀ ਆਨ ਦੀ ਹੋਵੇ ਆ ਜਿਦਾਂ ਦੇਖ ਕੇ ਕਲੀਅਰ ਹੈ ਨਾ ਕਲੀਅਰ ਹੈ ਕਲੀਅਰ ਹੈ ਦਾ ਬਿਨਾ ਪੈਨ ਚੱਕ ਕੇ ਕੋਸ਼ਣ ਕਰਵਾਉਂਗਾ ਵਾਦਾ ਰਿਹਾ ਦੇਖ ਕੇ ਦੱਸ ਦੋਗੇ ਕਿ ਆ ਆਨਸਰ ਹੋਏਗਾ ਦੇਖ ਕੇ ਦੱਸ ਦੋਗੇ ਕਿ ਆ ਆਨਸਰ ਹੋਏਗਾ ਮੈਂ ਤੁਹਾਨੂੰ ਘੱਟੋ ਘੱਟ ਵੀ ਇੰਟਰਸਟ ਕੱਢਣੇ ਕਿੰਨੇ ਤਰੀਕੇ ਨਾਲ ਦੱਸੂਗਾ ਪੰਜ ਤਰੀਕੇ ਨਾਲ ਦੱਸੂਗਾ ਪੰਜ ਚੋਂ ਦੋ ਤਰੀਕੇ ਹੋਣਗੇ ਆਪਾਂ ਦੋ ਹੀ ਰੱਖਾਂਗੇ ਤਿੰਨ ਹੀ ਰੱਖ ਦੇ ਤਿੰਨ ਹਟਾ ਦਾਂਗੇ ਦੋ ਤਰੀਕੇ ਹੋਣਗੇ ਕਿ ਇੱਕ ਤਾਂ ਡਿਟੇਲ ਚ ਹੋ ਗਿਆ ਇੱਕ ਬਿਨਾ ਪੈਨ ਚੱਕ ਕੇ ਹੋਗਾ ਦੋਨੋਂ ਕਰਾਉਂਗਾ ਬਟ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਆ ਚੀਜ਼ ਕਲੀਅਰ ਹੈ ਨਾ ਬਿਲਕੁਲ ਆ ਚੀਜ਼ ਕਲੀਅਰ ਹੈ ਨਾ ਪਹਿਲੇ ਆ ਦੱਸ ਦੋ ਮੈਨੂੰ ਫਟਾਫਟ 올 ਕਲੀਅਰ 올 ਕਲੀਅਰ ਮਤਲਬ ਐਨ ਐਨ ਐ ਪਰਸੈਂਟ ਹੋਊਗਾ ਹੁਣ ਮੈਂ ਕਹਿ ਦਾਂਗਾ ਨਾ ਕੋਈ ਵੀ ਅਮਾਉਂਟ ਹੈਗੀ ਮੰਨ ਲਓ 5000 ਰੁਪਏ ਬੈਂਕ 'ਚ ਜਮ੍ਹਾਂ ਕਰ ਦਿੱਤੇ ਤਾਂ 2 ਸਾਲਾਂ ਵਾਸਤੇ ਕਹਿ ਦੂਗਾ 5% ਦੇ ਹਿਸਾਬ ਨਾਲ ਮੈਨੂੰ ਅੰਤਰ ਕਿੰਨਾ ਤਾਂ 5% ਦੇ ਹਿਸਾਬ ਨਾਲ ਤੁਹਾਨੂੰ ਪਤਾ ਹੈ ਅੰਤਰ ਵਾਸਤੇ ਪੰਜ ਦਾ ਸਕੁਅਰ ਕਰਨਾ 25 ਪੰਜ ਦਾ ਸਕੁਅਰ ਕਰਨਾ 0.25% ਆ ਚੀਜ਼ ਹੋ ਗਈ ਇਹਨਿਕਲ ਕਲੀਅਰ ਹੈ ਇਹਦਾ ਕੋਈ ਸਕਰੀਨਸ਼ਾਟ ਨਹੀਂ ਲੈਣਾ ਇਹ ਤੁਹਾਨੂੰ ਬਣਾ ਬਣਾਇਆ ਮਿਲ ਜੂਗਾ ਟੈਨਸ਼ਨ ਨਾਲ ਠੀਕ ਹੈ ਆਜੋ ਪਹਿਲੇ ਇੱਕ ਗੱਲ ਦੱਸੋ 275 ਬੱਚੇ ਦੇਖ ਰਹੇ ਹੈਗੇ ਹੋ ਮਜ਼ਾ ਨਹੀਂ ਆ ਰਿਹਾ 196 ਲਾਈਕ ਕੀ ਮੇਰੇ ਐਫਰਟਸ ਨਹੀਂ ਲੱਗ ਰਹੇ اگر ਤੁਹਾਨੂੰ ਮਜ਼ਾ ਆ ਰਿਹਾ ਨਾ ਮਜ਼ਾ ਤਾਂ ਆਪੇ ਆਪ ਲਾਈਕ ਕਰ ਦੋਗੇ ਜਿਹੜੇ ਹਲੇ ਤੱਕ ਨਹੀਂ ਕਰਦੇ ਅੱਗੇ ਜੋ ਕੁਐਸਚਨ ਕਰਾਂਗੇ ਨਾ ਉਹਦੇ ਆਪ ਆਟੋਮੈਟਿਕਲੀ ਆਪੇ ਆਪ ਲਾਈਕ ਕਰ ਦੇਣਗੇ ਤਾਂ ਫਟਾਫਟ ਸਾਰੇ ਜਣੇ ਆਪੇ ਗਾ ਲਾਈਕ ਸ਼ੇਅਰ ਕਰ ਦੋ 276 ਬੱਚੇ ਹੈਗੇ 300 ਪਾ ਦਿਓ ਫਟਾਫਟ 300 ਪਾ ਦਿਓ ਤੇ ਫਟਾਫਟ ਸਾਰੇ ਜਣੇ ਲਾਈਕ ਕਰ ਦੋ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹੈਗਾ ਠੀਕ ਹੈ ਇਹਦਾ ਸਕਰੀਨ ਸ਼ਾਟ ਲੈਣ ਦੀ ਜ਼ਰੂਰਤ ਹੈ ਨਹੀਂ ਤੁਹਾਡੇ ਵਾਸਤੇ ਮੈਂ ਬੜੀ ਹੀ ਗ੍ਰੀਨ ਗ੍ਰੀਨ ਇੱਕ ਟੇਬਲ ਬਣਾ ਕੇ ਲੈ ਕੇ ਆਇਆ ਹੈਗਾ ਬੜੀ ਵਧੀਆ ਟੇਬਲ ਬਣਾਈ ਹੈ ਮਿਹਨਤ ਕੀਤੀ ਹੈਗੀ ਹੈ ਤਾਂ ਉਹਦੇ ਤੇ ਵੀ ਚੱਲਾਂਗੇ ਉਹ ਟੇਬਲ ਦਾ ਹੁਣ ਆ ਤਾਂ ਗੱਲ ਹੋ ਗਈ ਐਨੀ ਹੁਣ ਆਹੀ ਚੀਜ਼ਾਂ ਮੈਰੀ ਕੋਲ ਕਰਵਾ ਰਿਆਂਗਾ ਆਹੀ ਚੀਜ਼ਾਂ ਮੈਰੀ ਕੋਲ ਕਰਵਾ ਰਿਆ ਹੈਗਾ ਰਾਜੀ ਦੇਖ ਲਓ ਹੁਣ ਮੈਂ ਅਗਰ ਐਨੀ ਗਲਤ ਮੈਂ ਕਰ ਚੁੱਕਿਆ ਮੰਨ ਲਓ 12% ਅਬ 2 ਸਾਲਾਂ ਵਾਸਤੇ ਸੀਆਈ ਕਿੰਨੇ ਪਰਸੈਂਟ ਹੋਏਗਾ ਮੈਨ ਕਿੰਨੇ ਪਰਸੈਂਟ ਹੋਏਗਾ ਆ ਦੱਸ ਦੋ 12% ਰੇਟ ਹੈਗੀ ਹੈ ਨਾ 12% ਤਾਂ 2 ਸਾਲਾਂ ਵਾਸਤੇ ਸੀਆਈ ਕਿੰਨੇ ਪਰਸੈਂਟ ਹੋਏਗਾ ਕੰਪਾਊਂਡ ਇੰਟਰਸ ਕਿੰਨੇ ਪਰਸੈਂਟ ਹੋਏਗਾ ਫਟਾਫਟ ਦੱਸ ਦੋ ਕਿੰਨੇ ਪਰਸੈਂਟ ਆਏਗਾ ਰਾਜੀ ਇਹ ਫਟਾਫਟ ਦੱਸ ਦੋ ਕਿੰਨੇ ਪਰਸੈਂਟ ਆਏਗਾ फटाफट ਦੱਸ ਦੋ फटाफट ਦੱਸ ਦੋ ਕਿੰਨੇ ਪਰਸੈਂਟ ਆਏਗਾ 24.144 ਜੋਤੀ ਗਿੱਲ ਪੁਆਇੰਟ ਤੋਂ ਬਾਅਦ ਦੋ ਯੰਕ ਹੋਣੇ ਚਾਹੀਦੇ 1 ਨੂੰ ਅંદર ਖਿੱਚ ਦੋ 24 ਤੇ 25 25.44 ਰਾਈਟ ਆਏਗਾ 25.44 ਰਾਈਟ ਆਏਗਾ 25.44 ਰਾਈਟ ਆਏਗਾ 2 ਸਾਲ ਹੈਗੇ ਰਾਜੇ 2 ਸਾਲ ਹੈਗੇ ਕੁਝ ਨਹੀਂ ਕਰਨਾ ਹੈਗਾ ਸੀਆਈ ਦੀ ਗੱਲ ਕਰ ਰਿਹਾ ਹੈਗਾ ਸੀਆਈ ਦੀ ਗੱਲ ਕਰ ਰਿਹਾ ਹੈਗਾ 12 ਦਾ ਦੁਗਣਾ ਕਿੰਨਾ ਹੋਗਾ 24 12 ਦਾ ਸਕੁਅਰ ਕਿੰਨਾ ਹੁੰਦਾ 144 ਹੋ ਗਿਆ ਬਟ ਪੁਆਇੰਟ ਤੋਂ ਬਾਅਦ ਦੋ ਹੀ ਅੰਕ ਹੋਣੇ ਚਾਹੀਦੇ ਆਇ ਇੱਕ ਅਧਰ ਕਰ ਦੋ 24 ਨੂੰ 25 ਕਰ ਦੋ 25.44% ਆ ਜਾਏਗਾ ਐਨ ਆ ਰੇਟ ਆਫ ਇੰਟਰਸਟ ਮਤਲਬ ਮੈਨੂੰ ਬੈਂਕ ਕਾਲੇ ਐਨੇ ਪਰਸੈਂਟ ਵਿਆਜ ਦੇਣਗੇ ਜੇ ਮੈਂ 12% ਦੇ ਹਿਸਾਬ ਨਾਲ ਦੋ ਸਾਲਾਂ ਵਾਸਤੇ ਬੈਂਕ ਚ ਪੈਸਾ ਜਮਾ ਕਰਾਵਾਂਗਾ 12% ਦਾ ਦੋ ਸਾਲਾਂ ਵਾਸਤੇ ਪੈਸਾ ਜਮਾ ਕਰਾਵਾਂਗਾ ਮੈਨੂੰ ਇਹਨੂੰ ਵਿਆਜ ਦਿੱਤਾ ਜਾਏਗਾ ਕਲੀਅਰ ਹੈ ਕਲੀਅਰ ਹੈ ਨਾ ਇੱਕ ਹੋਰ ਦੱਸੋ ਚਲੋ ਮੈਂ 13% ਦੀ ਗੱਲ ਕਰ ਰਿਹਾ ਮੰਨ ਲਓ 13% ਦੇ ਸਾਧ ਨਾਲ 2 ਸਾਲਾਂ ਵਾਸਤੇ ਪੈਸਾ ਜਮ੍ਹਾਂ ਕਰਾਇਆ ਤਾਂ ਮੇਰਾ ਸੀਆਈ ਕਿੰਨਾ ਹੋਏਗਾ ਮੇਰਾ ਸੀਆਈ ਕਿੰਨੇ ਪਰਸੈਂਟ ਆਏਗਾ ਦੱਸੋ ਫਟਾਫਟ ਫਟਾਫਟ ਦੱਸੋ ਸੀਆਈ ਕਿੰਨਾ ਆਏਗਾ 294 ਬੱਚਾ ਹੋ ਚੁੱਕਿਆ ਮਾਰੋ ਫਟਾਫਟ ਸ਼ੇਅਰ ਇੱਕ ਵਾਰੀ ਫਟਾਫਟ ਸ਼ੇਅਰ ਕਰ ਦਿਓ ਵੀਡੀਓ ਨੂੰ ਇੱਕ ਵਾਰੀ ਫਟਾਫਟ ਸ਼ੇਅਰ ਕਰ ਦਿਓ ਬਿਨਾ ਪੈਨ ਚੱਕੇ ਵਾਲਾ ਸਿਸਟਮ ਹੁਣੇ ਆਨ ਆਲਾ ਹੀ ਹੈਗਾ ਅਗਰ ਆਹ ਚੀਜ਼ ਕਲੀਅਰ ਹੋ ਗਈ ਹੋਵੇ ਆਹ ਚੀਜ਼ ਕਲੀਅਰ ਹੋ ਗਈ ਹੋਵੇ ਤਾਂ 27.69 ਕਹਿ ਰਹੇ ਹੈਗੇ ਆ 27.69 ਕਹਿ ਰਹੇ ਹੈਗੇ 27.69 ਕਹਿ ਰਹੇ ਹੈਗੇ 27.69 ਕਹਿ ਰਹੇ ਹੈਗੇ 27.69 ਕਹਿ ਰਹੇ ਹੈਗੇ 27.69 27.69 27.69 27.69 ਵੈਰੀ ਗੁੱਡ ਰਾਜ ਦੇ ਦੇਖੋ ਆ ਚੀਜ਼ਾਂ ਦਿਮਾਗ ਚ ਹੋਣੀ ਚਾਹੀਦੀ 13 ਦਾ ਦੁਗਣਾ 26 13 ਦਾ ਸਕਰ 169 69 ਰੱਖ ਲਓ ਇੱਕ ਅਧਰ ਖਿੱਚ ਤੋ 13 ਦਾ ਦੁਗਣਾ 26 ਹੁਣ 13 ਦਾ ਸਕੁਅਰ ਕਿੰਨਾ ਹੁੰਦਾ 169 ਹੁੰਦਾ ਨਾ ਤਾਂ 169 ਨੂੰ ਐਵੇਂ ਲਿਖ ਲਓ 26 ਦੇ ਕਿੰਨੇ ਹੋਗੇ 27 ਹੋਗੇ 27.69% ਮੇਰਾ ਕੀ ਬਣੇਗਾ ਵਿਆਜ ਬਣੇਗਾ 27.69% ਮੇਰਾ ਕੀ ਬਣੇਗਾ ਵਿਆਜ ਬਣੇਗਾ ਕਲੀਅਰ ਹੈ ਕਲੀਅਰ ਅੰਨੀ ਗੱਲ ਹੁਣ ਅੰਤਰ ਦੀ ਗੱਲ ਕਰ ਲਾ ਮੈਂ ਅਗਰ ਅੰਤਰ ਦੀ ਗੱਲ ਪੁੱਛੀ ਸੀਆਈਡੀ ਦਾ ਗੱਲ ਹੋ ਗਈ ਇੱਥੇ ਮੰਨ ਲਓ ਮੈਨੂੰ ਕੋਈ ਵੀ ਦਿੱਤਾ ਹੈਗਾ ਮੰਨ ਲਓ ਅਗਰ ਮੈਂ ਗੱਲ ਕਰ ਰਿਹਾ 15% ਜੋ ਕਿ ਬੜੀ ਵਾਰੀ ਪੇਪਰ ਦੇ ਵਿੱਚ ਆਉਂਦਾ ਹੈ ਸਿੱਧਾ ਸਿੱਧਾ 15% ਬੜੀ ਵਾਰੀ ਪੇਪਰ ਦੇ ਵਿੱਚ ਆਉਂਦਾ ਹੈ ਸਿੱਧਾ ਸਿੱਧਾ ਤਾਂ 15% ਵਾਸਤੇ ਅਗਰ ਮੈਂ 2 ਸਾਲਾਂ ਦੀ ਗੱਲ ਕਰਾਂ 15% ਵਾਸਤੇ 2 ਸਾਲਾਂ ਦੀ ਗੱਲ ਕਰਾਂ ਤਾਂ CI SI ਕਿੰਨੇ ਪਰਸੈਂਟ ਹੋਏਗਾ CI SI ਕਿੰਨੇ ਪਰਸੈਂਟ ਹੋਏਗਾ ਜਿਹੜਾ ਬੱਚਾ ਟੰਗ ਨਾਲ ਸਮਝਿਆ ਹੈਗਾ ਅਨਸਰ ਕਰ ਦੇਗਾ ਕਿ ਕਿੰਨੇ ਪਰਸੈਂਟ ਹੋਏਗਾ ਅਨਸਰ ਕਰ ਦੇਗਾ ਕਿੰਨੇ ਪਰਸੈਂਟ ਹੋਏਗਾ कदे जिंदगी क्वेश्चन गलत हो जाए ना सीआईएसआई का मैं मैंने कह दो कि सर मैं इतों पढ़ के गया सी, पूरा टॉपिक ते मेरा क्वेश्चन गलत हो गया वादा रिया कदे भी गलत नहीं होएगा राजे वादा रहा ਸੁਖਦੀਪ ਕੋਰ ਮੈਂ ਸੀਆਈ ਨਹੀਂ ਪੁੱਛ ਰਿਹਾ ਮੈਂ ਅੰਤਰ ਪੁੱਛ ਰਿਹਾ ਹੈਗਾ ਅੰਤਰ ਅੰਤਰ ਹਮੇਸ਼ਾ ਸਕੁਅਰ ਹੀ ਕਰਨਾ ਹੈ ਅੰਤਰ ਹਮੇਸ਼ਾ ਸਕੁਅਰ ਹੀ ਕਰਨਾ ਹੈ 15% ਹੈ ਤਾਂ 15 ਦਾ 15 ਦਾ ਸਕੁਅਰ 225 ਹੁੰਦਾ ਪੁਆਇੰਟ ਤੋਂ ਬਾਅਦ ਦੋ ਅੰਕ ਹੋਣੇ ਚਾਹੀਦੇ ਪੁਆਇੰਟ ਇੱਥੇ ਲਾ ਦਾਂਗੇ ਤਾਂ ਮਤਲਬ ਐਨੇ ਪਰਸੈਂਟ ਅੰਤਰ ਆਏਗਾ ਸਿੰਪਲ ਤੇ ਕੰਪਾਊਂਡ ਦਾ ਅੰਤਰ ਕਿੰਨਾ ਆਵੇਗਾ ਐਨੇ ਪਰਸੈਂਟ ਆਵੇਗਾ ਠੀਕ ਹੈ ਹੁਣ ਮੰਨ ਲਓ 16% ਹੈਗਾ 16% ਬਾਕੀ ਘੱਟ ਹੀ ਆਉਂਦਾ ਥੋੜਾ ਛੋਟਾ ਰੱਖਨੇ ਵਾਜੋ ਮਨ ਲਓ 8% ਹੈਗਾ 8% 2 ਸਾਲ ਹੈਗੇ ਆ 2 ਸਾਲਾਂ ਵਾਸਤੇ ਅੰਤਰ ਕਿੰਨਾ ਆਏਗਾ ਮੈਨੇ ਦੱਸ ਦੋ ਅੰਤਰ ਕਿੰਨਾ ਆਏਗਾ 8% ਦੇ ਹਿਸਾਬ ਨਾਲ 2 ਸਾਲਾਂ ਵਾਸਤੇ ਅੰਤਰ ਕਿੰਨਾ ਆਏਗਾ 8% ਦੇ ਹਿਸਾਬ ਨਾਲ 2 ਸਾਲਾਂ ਵਾਸਤੇ ਅੰਤਰ ਕਿੰਨਾ ਆਵੇਗਾ ਰਾਜੇ 8% ਦੇ ਹਿਸਾਬ ਨਾਲ 2 ਸਾਲਾਂ ਵਾਸਤੇ ਅੰਤਰ ਕਿੰਨਾ ਆਵੇਗਾ 8% ਦੇ ਹਿਸਾਬ ਨਾਲ 2 ਸਾਲਾਂ ਵਾਸਤੇ ਅੰਤਰ ਕਿੰਨਾ ਆਵੇਗਾ 0.64 0.64 ਵੈਰੀ ਗੁੱਡ ਕੀ 8 ਦਾ ਸਕੁਅਰ ਕਿੰਨਾ ਹੁੰਦਾ ਹੈ 4.64 ਹੁੰਦਾ ਹੈਗਾ ਪੁਆਇੰਟ ਤੋਂ ਬਾਅਦ ਦੋ ਅੰਕ ਹੋਣੇ ਚਾਹੀਦੇ ਪੁਆਇੰਟ ਇੱਥੇ ਲੱਗ ਜੇਗਾ ਮਤਲਬ 0.64% ਕੀ ਆ ਜਾਏਗਾ ਡਿਫਰੈਂਸ ਆ ਜਾਏਗਾ ਜਿੰਨਾ ਵੀ ਪੈਸਾ ਪਾਉਂਗਾ ਨਾ ਦੋਨਾਂ ਦਾ ਅੰਤਰ 0.64 64% ਮੈਨੂੰ ਵਿਆਜ ਮਿਲੇਗਾ ਦੋਨਾਂ ਦਾ ਅੰਤਰ ਕਿੰਨਾ ਹੋਏਗਾ 0.64% ਆਵੇਗਾ 300 ਬਚਾ ਹੋ ਗਿਆ ਫਟਾਫਟ ਸਾਰੇ ਜਣੇ ਸ਼ੇਅਰ ਕਰ ਦਿਓ ਕੁਐਸਚਨ ਤੇ ਆ ਰਿਹਾ ਹੈਗਾ ਫਟਾਫਟ ਸਾਰੇ ਜਣੇ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਉਹ ਤਾਂ ਫਟਾਫਟ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਦਬ ਕੇ ਲਾਈਕ ਸ਼ੇਅਰ ਕਰਕੇ ਉਹ ਸਾਰੇ ਜਣੇ ਇੱਕ ਵਾਰੀ ਲਾਈਕ ਸ਼ तीस सैकेंड बाद क्वेश्चन न मिलवा रहा है पेन चल जाए तो मेरी गरंटी पेन चल जाए तो मेरी गरंटी मेरी मेरी गरंटी कि शुरू वाले क्वेश्चन की होगा एक अद्धे क्वेश्चन आप चलावे फिर समझ गए उसके बाद पेन चलाना बंद कर देना पेन पर ला देंगे काटा चुप करके बहजे आंसर दसना कि सर आंसर है आंसर है क्लीयर है ना क्लीयर है ना, ना? फटाफट सारण एक बार लाइक शेयर करो फटाफट लाइक शेयर करो अगे चलीए ठीक है

ਤੋਡੇ ਵਾਸਤੇ ਬਣਾਈ ਹੈਗੀ ਐ ਤੁਹਾਡੇ ਵਾਸਤੇ ਬਣਾਈ ਹੈਗੀ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਦੇਖ ਲੋ ਆ ਚੀਜ਼ਾਂ ਤੁਹਾਡੇ ਵਾਸਤੇ ਹੀ ਮਿਹਨਤ ਕਰਦੇ ਹੈਗੇ ਕਿ ਹਾਂ ਬੱਚਿਆਂ ਨੂੰ ਸਮਝ ਆਵੇ ਸਭ ਕੁਝ ਅੰਦੇ ਚ ਲਿਖਿਆ ਹੋਇਆ ਹੈਗਾ ਜੋ ਮੈਂ ਹੁਣੇ ਤੱਕ ਕਰਵਾ ਕੇ ਆਇਆ ਨਾ ਰਾਜੇ ਇਹ ਸਾਰਾ ਕੁਝ ਅੰਦੇ ਚ ਲਿਖਿਆ ਹੋਇਆ ਦੇਖ ਲੋ ਹੁਣੇ ਮੈਂ ਕਰਵਾ ਕੇ ਆਇਆ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਨੋਟ ਕਰਨ ਦੀ ਰਾਜੇ ਕੋਈ ਜ਼ਰੂਰਤ ਹੈ ਨਹੀਂ ਤੁਹਾਨੂੰ ਸਿੱਧੀ ਪੀਡੀਐਫ ਪਾ ਕੇ ਦੇਵਾਂਗਾ ਸਿੱਧੀ ਪੀਡੀਐਫ ਪਾ ਕੇ ਦੇਵਾਂਗਾ ਚਾਹੇ ਇਹਨੂੰ ਬਾਅਦ ਚ ਨੂੰ ਕਟਿੰਗ ਲਾ ਕੇ ਜਿਹਾ ਆਪਦੇ ਜਿੱਤੇ ਸੋਨੇ ਉਹਦੇ ਸਾਹਮਣੇ ਲਾ ਦਿਆ ਜੀ ਰਾਜੇ ਕਦੇ ਨਹੀਂ ਭੁੱਲੋਗੇ ਕਦੇ ਨਹੀਂ ਭੁੱਲੋਗੇ ਆਜੋ ਹੁਣ ਦੇਖ ਲਓ 2% ਹੈ 4% ਤਾਂ 4.04% ਸਾਰਾ ਕੁਝ ਲਿਖਿਆ ਹੋਇਆ ਇਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈਗਾ 2 ਸਾਲਾਂ ਦੀ ਹੈ ਇਹ 2 ਸਾਲਾਂ ਦੀ ਹੈ ਰਾਜੇ ਇਹ ਜੋ ਹੈ ਨਾ ਉਹ 2 ਸਾਲਾਂ ਦੀ ਹੈ ਕਿ ਅਗਰ ਮੰਨ ਲਓ 5% ਦਾ ਪੰਜ ਦਾ ਦੁਗਣਾ 10 CI ਕਿੰਨਾ ਆਏਗਾ 10.25 CI ਕਿੰਨਾ ਆਏਗਾ 10.25 5 ਦਾ ਦੁਗਣਾ ਕੀਤਾ 10 5 ਦਾ ਸਕੁਅਰ ਕੀਤਾ 25 10.25% ਠੀਕ ਹੈ ਇਧਰ ਕਿੰਨਾ 0.25% 0.25% ਅੱਗੇ ਦੇਖ ਲਓ 9% ਹੈਗਾ 9% ਹੈਗਾ ਤਾਂ 9% ਵਾਸਤੇ ਰਾਜੇ ਕੀ ਹੁੰਦਾ ਹੈਗਾ 9% ਵਾਸਤੇ ਆ ਤਾਂ 9 ਦੁਨਾ 18 ਆ 18.9 ਦਾ ਸਕੁਅਰ 81 ਆ 9 ਦਾ ਸਕੁਅਰ 081 ਐਕਚੁਅਲ ਤਾਂ ਦੇਖੋ ਨੂੰ ਬਣਾਉਣ ਵਾਸਤੇ ਮੈਨੂੰ 1.5 ਘੰਟਾ ਲੱਗਿਆ ਬਟ ਮੈਂ ਤੁਹਾਡੇ ਵਾਸਤੇ ਬਣਾਈ ਹੈਗੀ ਆ ਤਾਂ ਸਾਰੇ ਜਣੇ ਐਦਾ ਹੀ ਪਿਆਰ ਸਪੋਰਟ ਦੇੰਦਰੋ ਕਿ ਮੈਂ ਮੋਟੀਵੇਟ ਹੋ ਕੇ ਤੁਹਾਨੂੰ ਇਹੋ ਇਹੋ ਜਿਹਾ ਕੰਟੈਂਟ ਦਿੰਦਾ ਰਾਣਾ ਜਿਹਦੇ ਨਾਲ ਤੁਹਾਨੂੰ ਮਜ਼ਾ ਆਵੇ ਇਹ ਤੁਹਾਡੇ ਵਾਸਤੇ ਹੀ ਹੈਗਾ ਇਹ ਤੁਹਾਨੂੰ PDF ਰਾਜੇ ਮਿਲ ਜੇਗੀ ਸਾਈਡ ਹੋ ਜਾ ਨਰਮਨਦੀਪ ਕੋਰ ਸਕਰੀਨਸ਼ਾਟ ਲੈਣ ਦੀ ਜ਼ਰੂਰਤ ਨਹੀਂ ਹੈਗੀ スクリーンショット ਲੈਣਾ ਤਾਂ ਤੁਸੀਂ ਲੈ ਲਓ ਮੈਂ ਸਾਈਡ ਹਟ ਦਿੰਦਾ ਮੈਂ ਤੁਹਾਨੂੰ PDF ਭੇਜ ਦੂੰਗਾ ਟੈਲੀਗ੍ਰਾਮ ਮੈਥਸ ਬਾਈ ਅੰਕੂ ਸਰਾਲਾ ਟੈਲੀਗ੍ਰਾਮ ਹੈਗਾ ਸਾਰੇ ਬੱਚੋ ਤੇ ਜੁੜੇ ਹੋਏ ਨੇ ਤਾਂ ਉੱਤੇ ਭੇਜ ਦੂੰਗਾ ਤਾਂ ਠੀਕ ਹੈ ਸਕਰੀਨਸ਼ਾਟ ਲੈਣ ਦਾ ਸਕਰੀਨਸ਼ਾਟ ਵੀ ਲੈ ਲਓ ਲੋ ਹਾਂਜੀ ਬਿਲਕੁਲ ਮਿਲ ਜੇਗੀ PDF ਟੈਂਸ਼ਨ ਨਾ ਲੋ ਤਾਂ ਫਟਾਫਟ ਸਾਜਣੇ ਸਕਰੀਨਸ਼ਾਟ ਲੈ ਲਓ ਆਪਾਂ ਅੱਗੇ ਚੱਲਦੇ ਹੈਗੇ ਸਕਰੀਨਸ਼ਾਟ ਲੈ ਲਓ ਸਾਰੇ ਜਣੇ ਆਪਾਂ ਅੱਗੇ ਚੱਲਦੇ ਹੈਗੇ ਕਲੀਅਰ ਹੈ ਕਲੀਅਰ ਹੈ ਕਲੀਅਰ ਹੈ ਠੀਕ ਹੈ ਦੇਖੋ ਰਾਤਾਂ ਨੂੰ ਜਾਗ ਜਾ ਕੇ ਤੁਹਾਡੇ ਵਾਸਤੇ ਸਾਰਾ ਹੁੰਦਾ ਹੈਗਾ ਕੋਈ 8 ਤੋਂ 9 ਕਲਾਸ ਹੁੰਦੀ ਹੈ ਹੁਣ ਇੱਕ ਸੈਸ਼ਨ ਵੀ 15-20 ਮਿੰਟਾਂ ਦਾ ਚੱਲਦਾ ਹੈਗਾ ਉਸ ਤੋਂ ਬਾਅਦ ਜਾ ਕੇ ਇਹ ਸਾਰਾ ਕੰਮ ਜੋ ਹੁੰਦਾ ਹੈਗਾ ਇਹ ਸਾਨੂੰ ਕਰਕੇ ਦੇਖੋ ਸਵੇਰੇ 10 ਵਜੇ ਆਇਆ ਹੈਗਾ ਤਾਰਾ 3 ਹੀ ਮੰਨ ਲਓ ਕਿ 1 ਤੋਂ 2 ਵਜਨ ਦੇ ਹੈਗੇ ਸੋਦੇ ਸੋਦੇ ਤੁਹਾਡੇ ਵਾਸਤੇ ਮਿਹਨਤ ਕਰਦੇ ਹੈਗੇ ਅਗਰ ਆਜੇ ਕਿ ਹਾਂ ਤੁਹਾਨੂੰ ਵਧੀਆ ਤੋਂ ਵਧੀਆ ਕੰਟੈਂਟ ਮਿਲੇ ਮੈਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ ਹੈਗਾ ਤੁਸੀਂ ਸਿਰਫ ਐਦਾਂ ਹੀ ਪਿਆਰ ਤੇ ਸਪੋਰਟ ਕਰਦੇ ਰਹੋ ਤੇ ਸਾਰੇ ਜਣੇ ਲਾਈਕ ਸ਼ੇਅਰ ਕਰ ਦੇ ਲੋ ਤੇ ਆਪ ਦੇ ਗਵਰਨਮੈਂਟ ਜੋਬ ਲਾ ਕੇ ਆਦੇ ਮਾਪਿਓ ਦਾ ਸੁਪਨਾ ਪੂਰਾ ਕਰ ਲੋ ਮੇਰੇ ਵਾਸਤੇ ਐਨੀ ਅਚੀਵਮੈਂਟ ਬਹੁਤ ਹੈ ਮੈਂ ਖੁਸ਼ ਹੋ ਜਾਗਾ ਠੀਕ ਹੈ ਆਜੋ 10 ਦਾ ਕਿਵੇਂ ਮੈਂ 10 ਦਾ ਵੀ ਦੱਸ ਦੇਣਾ 10% ਦਾ ਰਾਜੇ 10 ਦਾ ਵੀ ਦੱਸ ਦੇਣਾ ਆ ਮਿਲ ਜੂਗਾ ਟੈਨਸ਼ਨ ਨਾ ਲੋ ਸਕਰੀਨ ਸ਼ਾਟ ਬਾਕੀ ਲੈ ਲੋ ਕਰ ਲੈਣਾ ਤਾਂ ਚਲੋ ਠੀਕ ਹੈ ਹੁਣ ਕੁਐਸਚਨ ਤੇ ਵੀ ਆਵਾਂਗੇ ਪਰ ਪਹਿਲੇ ਦੇਖ ਲੋ 10% ਦਾ ਆਨਸਰ ਕਰ ਲਈ ਹੈਗੇ 10% ਦਾ ਤਾਂ ਦੇਖ ਲੋ 10% ਵਾਸਤੇ ਕੀ ਹੋਏਗਾ ਰਾਜੇ 10% ਵਾਸਤੇ ਰਾਜ ਕੀ ਹੋਏਗਾ ਦੇਖੋ 10% ਦੀ ਗੱਲ ਕਰਾਂ ਤਾਂ 10 ਦਾ ਦੁੱਗਣਾ ਸਿੰਪਲ ਇੰਟਰਸਟ ਕਿੰਨਾ ਹੋਗਾ 20% ਕਿਸੇ ਵੀ ਦਾ ਨਿਕਾਲਣਾ ਹੋਗਾ ਨਾ ਸਿੰਪਲ ਇੰਟਰਸਟ ਦਾ ਜਸ 2 ਸਾਲਾਂ ਦਾ ਤਾਂ ਦੁੱਗਣਾ ਕਰ ਦੋ 3 ਸਾਲਾਂ ਦਾ ਤਿੰਗਣਾ ਕਰ ਦੋ ਠੀਕ ਹੈ ਸੀਆਈ ਦੀ ਗੱਲ ਕਰਾਂਗਾ ਤਾਂ ਸੀਆਈ ਕਿੰਨਾ ਹੋਊਗਾ 10 ਦਾ ਦੁੱਗਣਾ ਕਿੰਨਾ ਹੋ ਗਿਆ 20 10 ਦਾ ਸਕੁਅਰ ਕਿੰਨਾ ਹੋ ਗਿਆ 100 ਤਾਂ ਕਿੰਨਾ ਆ ਜਾਏਗਾ 20 ਤੇ 1 21 21% ਆ ਜਾਏਗਾ ਮਤਲਬ ਅੰਤਰ ਕਿੰਨਾ ਆ ਜਾਏਗਾ 10 ਦਾ ਸਕੁਅਰ 100 ਮਤਲਬ 1% ਠੀਕ ਹੈ ਤਾਂ ਆਹ ਤਿੰਨੋਂ ਚੀਜ਼ਾਂ ਤੁਹਾਡੇ ਦਿਮਾਗ 'ਚ ਐਵੇਂ ਦੀ ਐਵੇਂ ਹੀ ਛਪਣੀਆਂ ਚਾਹੀਦੀਆਂ ਹੈਗੀਆਂ ਕਿ ਕੋਈ ਵੀ ਰੇਟ ਪੁੱਛੀ ਹੋਵੇ ਕੋਈ ਵੀ ਰੇਟ ਪੁੱਛੀ ਹੋਵੇ ਮੈਂ ਮੰਨ ਲਓ ਤੁਸੀਂ ਤੇ ਪਈਓ ਤੁਹਾਡੇ ਅੱਗੇ ਥੱਪੜ ਮਾਰਾ 10 5% ਦਾ ਕਿੰਨਾ ਆਵੇਗਾ ਤੁਸੀਂ ਕਹਦੋਂਗੇ 5% ਦਾ ਸਰ 5% ਦਾ ਦੋ ਸਾਲਾਂ ਵਾਸਤੇ ਆਹ 10% ਆਵੇਗਾ ਦੁਗਣਾ ਕਰਾਂਗੇ 5 ਨੂੰ 10 ਸਕੁਅਰ ਕਰਾਂਗੇ 10.25 पॉइंट पच्ची की आएगा अंतर आ जाएगा लो आ तीनों चीजा दसती है फिर क्वेश्चन जाएगा कितने एग्जामिनर में आप बजन ही नहीं देंगे कि हाँ की पुछ की पुछता दाहेगा पुछ की पुछता है सी, बिना पेन चके दसा मेरे ना चैलेंज लिया चलिए गए आज़ो आज़ो क्वेश्चन देख दे जो लो बिना पेन चके कर देंगे आज़ो ਪਹਿਲੇ ਫਟਾਫਟ ਸਾਰੇ ਜਣੇ ਕੀ ਕਰਨਾ ਹੈ ਲਾਈਕ ਸ਼ੇਅਰ ਮਾਰ ਦਿਓ ਤੁਹਾਡੇ ਵਾਸਤੇ ਕੁਐਸਚਨ ਆਗੇ ਹੈਗੇ ਆ ਸੀ ਆਵਾਂਗੇ ਰਾਜੇ ਆਹਰ ਮੀਟ ਸਿੱਧੂ ਕਹ ਰਿਹਾ ਤਿੰਨ ਸਾਲਾਂ ਨਾਲ ਤਿੰਨ ਸਾਲ ਵਾਲਾ ਵੀ ਆਵਾਂਗੇ ਪਹਿਲੇ ਦੋ ਸਾਲ ਵਾਲਾ ਤਾਂ ਪੱਕਾ ਕਰ ਲਓ ਦੋ ਸਾਲ ਵਾਲਾ ਛਾਪ ਲਓ ਇੱਕ ਵਾਰੀ ਦਿਮਾਗ ਤੇ ਹਾਂਜੀ ਰਾਜੇ ਕਿੰਨਾ ਆਏਗਾ ਆਨਸਰ ਦੱਸੋ ਕਿੰਨਾ ਆਏਗਾ ਫਟਾਫਟ ਦੱਸੋ ਕਿੰਨਾ ਆਨਸਰ ਆਏਗਾ ਫਟਾਫਟ ਦੱਸੋ ਰਾਜੀ ਕਲੀਅਰ ਹੈ ਨਾ ਹੁਣ ਫਟਾਫਟ ਦੱਸੋ ਕਿੰਨਾ ਆਨਸਰ ਆਏਗਾ ਮੈਨੂੰ ਆਨਸਰ ਕਰੋ ਕਿਹੜਾ ਆਨਸਰ ਹੈਗਾ ਅੰਦੇ ਚ ਆਏਗਾ ਆਨਸਰ ਰਾਜੀ ਹੁਣ ਵੋਇਸ ਮੈਚ ਵੋਇਸ ਮਿਸਮੈਚ ਹੋ ਰਹੀ ਸੀਗੀ ਮੇਰੇ ਲਿਪਸ ਨਾਲ ਹੁਣ ਹੋ ਰਹੀ ਹੈ ਹੁਣ ਕਲੀਅਰ ਹੈ ਨਾ फटाफट सारे जने तो एक बार क्लीयर लिख दो ओल क्लियर लिख दो अगर हले भी वॉइस मिसमैच हो रही है या नहीं हो रही मैंने दस दो वोस मिसमैच नहीं हो रही तो ओल क्लियर लिख दो अगर हो रही है तो लिखो सर हाँ जी प्रॉब्लम हैगी हले ठीक है मैं हे करवाया सही ठीक है क्लियर है ना क्लियर है हूँ तो नहीं हो रही वोइस मिसमैच बिल्कुल ओके है चलो ठीक है ठीक है ठीक है, है. थैंक यू भी थैंक यू ना भी है ना करने वास्ते हो जाता भी टैक्निकल इशूज है पता नहीं मेरे न ही की दुश्मनी हो रखी ਪਤਾ ਨਹੀਂ ਮੇਰੇ ਮੈਨ ਮੈਨੂੰ ਹੀ ਨਜ਼ਰ ਲੱਗ ਰਹੀ ਏ ਕਿ ਪਤਾ ਨਹੀਂ ਇਹਦੀ ਆ ਜਿਹੜਾ ਸਿਸਟਮ ਇਹਨਾਂ ਸਾਰਾ ਲੱਗਿਆ ਹੈਗਾ ਮੇਰੀ ਕਲਾਸ ਤਾਂ ਆ ਕੇ ਵੌਇਸ ਮਿਸਮੈਚ ਹੋਣ ਲੱਗ ਜਾਂਦੀ ਹੁਣ ਸਹੀ ਹੈਗੀ ਠੀਕ ਹੈ 25.44% ਕਹਿ ਰਿਹਾ ਹੈਗਾ ਹੁਣ ਆਨਸਰ ਦੇਣਾ ਆਪਾਂ ਆਨਸਰ ਦੇਣਾ ਆਪਾਂ ਆਨਸਰ ਐਵੇਂ ਨਹੀਂ ਦੇਣਾ ਹੈਗਾ ਦੇਖੋ ਆਨਸਰ ਐਵੇਂ ਨਹੀਂ ਦੇਣਾ ਕਿ ਹਾਂ ਆਪਾਂ ਇੰਨਾ ਟਾਈਮ ਲਾ دیے ਆਨਸਰ ਇੰਨਾ ਟਾਈਮ ਨਹੀਂ ਲਾਣਾ 12500 ਰੁਪਏ ਆਪਾਂ 12500 ਰੁਪਏ ਕੀ ਹੈ 12500 ਰੁਪਏ ਤੇ ਵਿਆਜ ਲੱਗ ਰਿਹਾ 12500 ਤੇ ਵਿਆਜ ਲੱਗ ਰਿਹਾ ਕਿੰਨਾ ਕੀ ਪੁੱਛ ਰਿਹਾ ਕਹਿੰਦਾ 12% ਦੇ ਹਿਸਾਬ ਨਾਲ 2 ਸਾਲਾਂ ਲਈ 12% ਦੇ ਹਿਸਾਬ ਨਾਲ 2 ਸਾਲਾਂ ਲਈ ਮਿਸ਼ਰੀਤ ਵਿਆਜ ਕਿੰਨਾ ਹੋਵੇਗਾ ਮਿਸ਼ਰੀਤ ਵਿਆਜ ਕਿੰਨਾ ਹੁੰਦਾ ਰਾਜੇ ਮਿਸ਼ਰੀਤ ਵਿਆਜ ਹੁੰਦਾ ਹੈਗਾ ਕੰਪਾਊਂਡ ਇੰਟਰਸਟ ਤਾਂ ਕਿੰਨਾ ਹੁੰਦਾ 12 ਦੇ ਹਿਸਾਬ ਨਾਲ 12 ਦਾ ਦੁਗਣਾ ਕੀਤਾ ਦੇਖੋ ਇੱਕ ਚੀਜ਼ ਤਾਂ ਹੈਗੀ ਹੈ ਅਗਰ ਐਨੀ ਚੀਜ਼ਾਂ ਦਿਮਾਗ 'ਚ ਆ ਗਈਆਂ ਨਾ ਮੈਂ ਡਾਇਰੈਕਟ ਲਿਖ ਸਕਦਾ 12 ਦਾ ਦੁਗਣਾ ਕੀਤਾ 24 12 ਦਾ ਸਕੁਅਰ 144 ਮਤਲਬ ਕਿੰਨਾ ਆਏਗਾ 25.44% 25.44% ਆਏਗਾ 25.44% ਆਏਗਾ ਠੀਕ ਹੈ ਚਾਹੇ ਪਰਸੈਂਟ ਹਟਾ ਕੇ 100 ਲਿਖ ਲੋ ਨਹੀਂ ਲਿਖਣਾ ਤਾਂ ਨਾ ਲਿਖੋ ਕਿ ਇਹਦਾ ਇੰਨਾ ਪਰਸੈਂਟ ਕੱਢਣਾ ਹੈਗਾ ਇਹਦਾ ਇੰਨਾ ਪਰਸੈਂਟ ਕੱਢਣਾ ਹੈਗਾ ਆਜੋ ਕਢਿਏ ਜੋੜੋ 1 2 3 5 8 ਗੁਣਾ 8 ਤੋਂ ਗੁਣਾ geh ajo 5 4 ਨੂੰ 5 ਤੇ 4 ਨੂੰ 9 ਦਾ ਮਤਲਬ 0 ਹੁੰਦਾ ਨਾ ਸਾਰਿਆਂ ਨੂੰ ਪਤਾ ਹੈ ਨਾ ਜੋ ਬੱਚਾ ਸ਼ੁਰੂ ਤੋਂ ਜੁੜਿਆ ਹੋਇਆ ਉਹਨੂੰ ਪਤਾ ਹੈ ਕਿ 9 ਦਾ ਮਤਲਬ 0 ਹੈ 2 ਤੇ 4 6 2 ਤੇ 4 6 8 ਦਾ 6 ਨਾਲ ਗੁਣਾ ਕਿੰਨਾ 48 48 ਨੂੰ ਕੀ ਲਿਖਾਂਗੇ 4 ਤੇ 8 12 12 ਨੂੰ ਕੀ ਲਿਖਾਂਗੇ 1 ਤੇ 2 3 ਆਹ ਤੋਂ ਦੇਖਦੇ ਆ 3 ਕਿਹੜਾ ਬਣਾ ਰਿਹਾ ਹੈਗਾ 3 ਤੇ 5 8 ਗਲਤ ਜਿਹੜਾ 3 ਬਣਾ ਗਿਆ ਉਹ ਹੀ ਸਹੀ ਹੈ 3 ਤੇ 5 8 ਗਲਤ ਆ ਤਾਂ ਦੋ ਤਾਂ ਆਪਸ਼ਨ ਹੀ ਸੇਮ ਹੋ ਗਏ ਠੀਕ ਹੈ ਅੱਗੇ ਦੇਖੋ ਆ ਨੋ ਦਾ ਮਤਲਬ 0 8 ਤੇ 2 10 10 ਦਾ ਮਤਲਬ ਕਿੰਨਾ ਹੁੰਦਾ 1 ਆ ਵੀ ਗਲਤ ਹੈ 8 ਤੇ 1 9 ਬਚਿਆ ਕਿੰਨਾ 3 ਮਤਲਬ 3180 ਵਾਲਾ ਅਨਸਰ ਸਹੀ ਹੈ 31 ਵਨਸੀ ਆਲ ਅਨਸਰ ਸਹੀ ਹੈ ਪਰਮਿੰਦਰ ਕਹਿ ਰਿਹਾ ਕਾਪੀ ਪੈਨ ਚੱਕਣਾ ਪੈ ਰਾਜੇ ਕਾਪੀ ਪੈਨ ਚੱਕਣਾ ਬੰਦ ਕਰਾ ਦੂੰਗਾ ਟੈਨਸ਼ਨ ਨਾ ਲਾ ਹਲੇ ਪਹਿਲਾ ਕੋਸ਼ਿਸ਼ ਉਹਨੇ ਕਾਪੀ ਪੈਨ ਚੱਕਣਾ ਬੰਦ ਕਰਾ ਦਾਂਗੇ ਬਿਨਾ ਕਾਪੀ ਪੈਨ ਤੁਸੀਂ ਸਾਰੇ ਜਣੇ ਅਨਸਰ ਕਰੋਗੇ ਵਾਦਾ ਰਿਹਾ ਮੇਰਾ ਤੁਹਾਡੇ ਨਾਲ ਬਟ ਫਟਾਫਟ ਮੇਰੇ ਕੋਈ ਲਾਈਕ ਸ਼ੇਅਰ ਕਰ ਦਿਓ ਰਿਪੀਟ ਕਰ ਰਹੇ ਹਾਂ ਦੇਖੋ ਕੁਝ ਨਹੀਂ ਕਰਨਾ ਹੈਗਾ ਲੋ ਐਨੋ ਵੀ ਖਤਮ ਕਰਦੇ ਨੇ ਹੈਗਿਆ ਹੁਣ ਕਹੜਾ ਕਹਿ ਰਿਹਾ ਨਾ ਕਿ ਕਾਪੀ ਪੈਨ ਸਰ ਚੱਕਣਾ ਪੈਂਦਾ ਹੈਗਾ ਆਜੋ ਦੇਖੋ ਹੁਣ 12500 ਹੈ ਨਾ 12500 ਕੀ ਹੈ ਅਮਾਉਂਟ ਹੈ ਇੱਕ ਰਕਮ ਹੈ ਜੋ ਮੈਂ ਇੱਕ ਪਾਕਿਆ ਬੈਂਕ ਦੇ ਵਿੱਚ ਕਹਿੰਦੇ 12% ਦੇ ਸਾਹਮਣੇ ਦੋ ਸਾਲਾਂ ਵਾਸਤੇ ਕਿੰਨਾ ਵਿਆਜ ਦੇਵੋਗੇ 12500 ਨੂੰ ਜੋੜ ਦਿਓ ਆਪਸ ਜੋੜ ਦਿਓ ਸਾਰੇ ਨੰਬਰ 1 2 3 5 8 8 ਲਿਖ ਲਓ ਗੁਣਾ ਕਰਾਇਆ ਆ 12% ਦੇ ਹਿਸਾਬ ਨਾਲ ਆਪਾਂ ਹੁਣੇ ਕਰਕੇ ਹਟੇ ਆ 12% ਦੇ ਹਿਸਾਬ ਨਾਲ ਆਪਾਂ ਹੁਣੇ ਕਰਕੇ ਹਟੇ ਹੈਗੇ ਆ 12 ਦਾ ਦੁਗਣਾ ਕਿੰਨਾ 24 12 ਦਾ ਸਕੁਅਰ 144 ਮਤਲਬ ਕਿੰਨਾ ਆਏਗਾ 25 44 ਆਏਗਾ ਨਾ ਹੁਣ 25 44 ਨੂੰ ਕੀ ਲਿਖੋਗੇ ਰਾਜੇ 5 ਤੇ 4 9 9 ਦਾ ਮਤਲਬ ਕਿੰਨਾ ਹੁੰਦਾ 0 ਹੁੰਦਾ 2 ਤੇ 4 6 ਲਿਖਣਾ ਹੈ ਮਤਲਬ 8 ਦਾ 6 ਨਾਲ ਗੁਣਾ ਕਰਾਵਾਂਗੇ ਕਿੰਨਾ ਆ ਜਾਏਗਾ ਰਾਜੇ 48 ਆ ਜਾਏਗਾ 4 ਤੇ 8 12 12 ਦਾ ਮਤਲਬ 1 ਤੇ 2 3 ਜਿਹੜੇ ਆਪਸ਼ਨ ਚ 3 ਬਣ ਗਿਆ ਉਹੀ ਆਨਸਰ ਹੈ ਜਿਹੜੇ ਆਪਸ਼ਨ ਚ 3 ਬਣ ਗਿਆ ਨਾ ਉਹੀ ਆਨਸਰ ਹੈਗਾ 8 ਤੇ 1 9 ਦਾ ਮਤਲਬ 03 ਆਹੀ ਬਣਾ ਰਿਹਾ ਮਤਲਬ ਆਨਸਰ ਆਹੀ ਹੈ ਕੋਈ ਕੈਲਕੂਲੇਸ਼ਨ ਨਹੀਂ ਕਰਨੀ ਕੋਈ ਕੁਝ ਨਹੀਂ ਕਰਨਾ ਹੈਗਾ ਡਾਇਰੈਕਟ ਆਨਸਰ ਮਿਲੂਗਾ ਡਾਇਰੈਕਟ ਆਨਸਰ ਮਿਲੂਗਾ ਫਟਾਫਟ ਇੱਕ ਵਾਰੀ ਸਾਰੇ ਜਣੇ ਥੰਬਸ ਅਪ ਕਰ ਦਿਓ ਅਗਰ ਮਜ਼ਾ ਆ ਗਿਆ ਹੋਵੇ ਕਨਸੈਪਟ ਸਿੱਖ ਕੇ ਮਜ਼ਾ ਆ ਗਿਆ ਹੋਵੇ ਤਾਂ ਸਾਰੇ ਜਣੇ ਫਟਾਫਟ ਥੰਬਸ ਅਪ ਕਰ ਦਿਓ 9 ਵਾਲਾ 0 ਕਿਵੇਂ ਹੋਏਗਾ ਰਾਜੇ ਦੇਖੋ ਮੰਨ ਲਓ 94 ਹੈਗਾ ਤਾਂ 94 ਨੂੰ ਕੀ ਬੋਲੋਗੇ 9 4 13 13 ਨੂੰ ਕੀ ਬੋਲੋਗੇ 1 ਤੇ 3 4 ਹੁਣ ਮਗਰ ਨੋ ਨੂੰ ਜ਼ੀਰੋ ਮੰਨਦਾ ਤਾਂ ਐਵੇਂ ਵੀ ਚਾਰ ਆ ਰਿਹਾ ਤੇ ਇੱਥੇ ਵੀ ਚਾਰ ਆ ਰਿਹਾ ਐਸ ਵਾਸਤੇ ਨੋ ਨੂੰ ਆਪਾਂ ਕੀ ਮੰਨਦੇ ਆ ਜ਼ੀਰੋ ਮੰਨਦੇ ਆ राजे ਨੋ ਨੂੰ ਕੀ ਮੰਨਦੇ ਆ ਜ਼ੀਰੋ ਮੰਨਦੇ ਹੈਗੇ ਆ ਨੋ ਨੂੰ ਕੀ ਮੰਨਦੇ ਆ ਜ਼ੀਰੋ ਮੰਨਦੇ ਹੈਗੇ ਆ ਵਾਹ ਵੀ ਵਾਹ ਵਾਹ ਵੀ ਵਾਹ ਤੁਮ ਸਭ ਦਾ ਮਜ਼ਾ ਆ ਗਿਆ ਮਜ਼ਾ ਆ ਗਿਆ ਬਸ ਤੁਹਾਨੂੰ ਖੁਸ਼ ਦੇਖ ਕੇ ਮੈਂ ਖੁਸ਼ ਹੋਗਾ ਤੁਹਾਨੂੰ ਖੁਸ਼ ਦੇਖ ਕੇ ਮੈਂ ਖੁਸ਼ ਹੋਗਾ ਫਟਾਫਟ 340 ਬੱਚਾ ਦੇਖ ਰਿਹਾ ਹੈਗਾ ਪਿਆਰ ਦੇ ਸਪੋਰਟ ਦਿਖਾ ਦਿਓ ਫਟਾਫਟ ਟਪਾ ਦਿਓ 400 ਬੱਚਾ ਟਪਾ ਦਿਓ ਮਾਰੋ ਇੱਕ ਵਾਰੀ ਫਟਾਫਟ ਸ਼ੇਅਰ ਕਰ ਦਿਓ ਸਾਰੇ ਜਣੇ ਫਟਾਫਟ ਇੱਕ ਵਾਰੀ ਸ਼ੇਅਰ ਕਰ ਦਿਓ ਐਵੇਂ ਤਿੰਨ ਸਾਲਾਂ ਵਾਲਾ ਕਰਾਂਗੇ ਤਿੰਨ ਸਾਲਾਂ ਵਾਲਾ ਵਾਸਤੇ ਤੁਹਾਨੂੰ 5 ਸੰਖਿਆਵਾਂ ਦੇ ਦੂੰਗਾ ਕਿ ਹਾਂ ਰਾਜੇ ਆ ਯਾਦ ਕਰ ਲੋ ਇੱਕ ਰੱਟਾ ਹੀ ਮਾਰਨਾ ਹੁੰਦਾ ਰੱਟਾ ਵੀ ਮਾਰਨਾ ਸਿਖਾ ਦੂੰਗਾ ਬਟ ਕੜਨੀਆਂ ਵੀ ਸਿਖਾਵਾਂਗਾ ਕਿ ਕੜਨਾ ਕਿਵੇਂ ਹੈਗਾ ਹੁਣ ਮੈਂ ਤੁਹਾਨੂੰ ਕਹਿ ਦਾਂਗਾ 3 ਸਾਲਾਂ ਵਾਸਤੇ ਕੀ ਸਰ 3% ਦਾ 9.27 27 4% ਦਾ 12.48 64 5% ਦਾ ਕੀ ਬੋਲੋਗੇ 15.76 25 6% ਦਾ ਕਿੰਨੋ ਬੋਲੋਗੇ 19.10 16 7% ਦਾ ਕਿੰਨਾ ਬੋਲੋਗੇ 22.50 43 ਮੇਰੇ ਯਾਦ ਨਹੀਂ ਤੁਹਾਨੂੰ ਮੈਂ ਕਰਵਾ ਦੇਣੀ टेंशन नाल बणेरो शुरू ਤੋਂ ਲੈ ਕੇ ਟਾਪਿਕ ਨੂੰ ਪੂਰਾ ਕਰਿਆ ਜੇ ਰਾਜੇ ਕੋਈ ਦਿੱਕਤ ਆ ਜੇ ਨਾ ਕੋਈ ਦਿੱਕਤ ਕਿ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਦਾ ਕੁਐਸਚਨ ਤੁਹਾਡਾ ਕੋ ਗਲਤ ਕਰਾ ਦੇਣਾ ਤਾਂ ਮੇਰੇ ਕੋਲ ਆ ਜਾਓਗੇ ਸਰ ਮੈਂ ਤੁਹਾਡੇ ਕੋਲ ਪੜਿਆ ਸੀ ਮੇਰਾ ਕੁਐਸਚਨ ਗਲਤ ਹੋ ਗਿਆ ਰਾਜੇ ਇਹੋ ਜਿਹਾ ਕਦੇ ਨਹੀਂ ਹੋਏਗਾ ਇਹੋ ਜਿਹਾ ਕਦੇ ਹੀ ਨਹੀਂ ਹੋਏਗਾ ਹਾਂ ਬਿਲਕੁਲ ਵੀ ਤਿੰਨ ਬਣੇਗਾ ਉਹੀ ਆਨਸਰ ਹੋਏਗਾ ਆਦਰਵਾਇਸ ਤਿੰਨ ਨਹੀਂ ਬਣ ਰਿਹਾ ਦਾ ਮਤਲਬ ਕੀ ਹੈ ਕਲੀਅਰ ਹੈ ਚਲਿਏ ਆਜੋ ਤੁਸੀਂ ਬਿਨਾ ਪੈਨ ਚੱਕ ਕੇ ਕੋਸ਼ਿਸ਼ ਕਰੋ ਕਿ ਬਿਨਾ ਪੈਨ ਚੱਕ ਕੇ ਮੈਂ ਅਨਸਰ ਦੱਸਦਾ ਬਿਨਾ ਪੈਨ ਚੱਕ ਕੇ ਅਨਸਰ ਦੱਸਣ ਦੀ ਕੋਸ਼ਿਸ਼ ਕਰਿਓ ਬਿਨਾ ਪੈਨ ਚੱਕ ਕੇ ਕਈਆਂ ਚ ਕੀ ਹੁੰਦਾ ਮੰਨ ਲਓ ਐਸਟ ਵੀ 3 ਬਣ ਗਿਆ ਐਸਟ ਵੀ 3 ਬਣ ਗਿਆ ਤਾਂ ਲਾਸਟ ਵਾਲਾ ਅੰਕ ਚੰਕਰ ਲਾਸਟ ਵਾਲਾ ਜੋ ਡਿਜੀਟ ਹੁੰਦਾ ਨਾ ਉਹ ਚੈੱਕ ਕਰ ਲੈਨੇ ਲਾਸਟ ਵਾਲਾ ਡਿਜੀਟ ਹੁੰਦਾ ਨਾ ਰਾਜੇ ਉਹ ਚੈੱਕ ਕਰ ਲੈਨੇ ਆਜੋ ਦੱਸਿਓ ਕਿੰਨਾ ਅਨਸਰ ਆਏਗਾ ਕੋਸ਼ਿਸ਼ ਕਰੋ ਕਿ ਪੈਨ ਨਾ ਚਲਾ ਪਾਈਏ ਕੋਸ਼ਿਸ਼ ਕਰੋ ਕਿ ਪੈਨ ਚੱਲੇ ਹੀ ਨਾ ਦਿਮਾਗ ਚ ਹੀ ਹੋ ਜੇ ਕੋਸ਼ਿਸ਼ ਕਰੋ ਪੈਨ ਚੱਲੇ ਹੀ ਨਾ ਦਿਮਾਗ ਚ ਹੀ ਹੋ ਜੇ ਰੇ ਕਨਸੈਪਟ ਵੀ ਕਰਾਉਂਗਾ ਕੜਨੇ ਵੀ ਸਿਖਾਉਂਗਾ ਸਾਰਾ ਕੁਝ ਹੀ ਕਰਾਉਂਗਾ ਫਿਲਹਾਲ ਜੋ ਵਾਦਾ ਹੈਗਾ ਬਿਨਾ ਪੈਨ ਚੱਕਣ ਵਾਲਾ ਤਾਂ ਉਹ ਵਾਦਾ ਪੂਰਾ ਕਰ ਰਿਹਾ ਰਾਜੇ ਇਹ ਚੀਜ਼ਾਂ ਕੜਨੀਆਂ ਵੀ ਸਿਖਾਉਂਗਾ ਕਿ 2 ਸਾਲ ਵਾਲਾ ਕਿਵੇਂ ਬਣਾਣੇ 3 ਸਾਲ ਵਾਲਾ ਕਿਵੇਂ ਬਣਾਣੇ ਹੈਗਾ ਦੂਜੇ ਸਾਲ ਦਾ ਕਿੰਨਾ ਹੋਊਗਾ ਤੀਜੇ ਸਾਲ ਦਾ ਕੱਲੇ ਦਾ ਕਿੰਨਾ ਹੋਊਗਾ ਹਰ ਇੱਕ ਚੀਜ਼ ਕਰਾਉਂਗਾ ਹਰ ਇੱਕ ਚੀਜ਼ ਕਰਾਉਂਗਾ ਪੇਸ਼ੈਂਸ ਰੱਖੋ ਅੰਦਰ ਅਨਸਰ ਕਰੋ ਕਿੰਨਾ ਹੋਊਗਾ ਵੜਾ ਵੜਾ ਰਾਜ ਇੱਕ ਵਾਰੀ ਕਰੋ ਸ਼ੇਅਰ ਕਰੋ ਫਟਾਫਟ ਇੱਕ ਵਾਰੀ ਸ਼ੇਅਰ ਕਰ ਦਿਓ ਜਿਹੜੇ ਬੱਚਾ ਸ਼ੇਅਰ ਨਹੀਂ ਕੀਤਾ ਹਲੇ ਤੱਕ ਜਿਹੜੇ ਬੱਚੇ ਨੇ ਹਲੇ ਤੱਕ ਸ਼ੇਅਰ ਨਹੀਂ ਕੀਤਾ ਨਾ ਫਟਾਫਟ ਰਾਜ ਇੱਕ ਵਾਰੀ ਦਬ ਕੇ ਸ਼ੇਅਰ ਕਰ ਦਿਓ ਰਿਕੁਐਸਟ ਹੈ ਤੁਹਾਡੇ ਤੋਂ ਸ਼ੇਅਰ ਕਰ ਦਿਓ ਫਟਾਫਟ ਸਾਰੇ ਜਣੇ ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹਲੇ ਵੀ ਕਈ ਬੱਚੇ ਇਹੋ ਜਿਹੇ ਰਾਜ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹੈਗਾ ਰਾਜੇ ਇਹ ਦੇਖ ਲੋ ਕਿ 326 ਬੱਚੇ ਦੇਖ ਰਿਹਾ ਤੇ 309 ਲਾਈਕ ਨੇ ਉਹਨਾਂ ਚ ਵੀ ਕੋਈ ਜਣੇ ਹੈਗੇ ਜਿਨ੍ਹਾਂ ਨੇ ਆ ਕੇ ਚਲੇ ਗਏ ਤਾਂ ਫਟਾਫਟ ਸਾਰੇ ਜਣੇ ਲਾਈਕ ਸ਼ੇਅਰ ਕਰ ਦਿਓ ਅਗਰ ਐਕਚੁਅਲ ਦੇ ਵਿੱਚ ਮਜ਼ਾ ਆ ਰਿਹਾ ਤੁਸੀਂ ਇੱਕ ਥੰਬਸ ਅਪ ਵੀ ਕਰਨਾ ਹੈ ਮੇਰੇ ਵਾਸਤੇ ਮੋਟੀਵੇਸ਼ਨ ਹੈਗੀ ਹੈ ਤੁਸੀਂ ਇੱਕ ਲਾਈਕ ਹੀ ਕਰਨਾ ਹੈ ਤੇ ਮੇਰੇ ਵਾਸਤੇ ਕੀ ਰਾਜੇ ਮੋਟੀਵੇਸ਼ਨ ਹੈਗੀ ਉਹ ਬਹੁਤ ਵੱਡੀ ਮੋਟੀਵੇਸ਼ਨ ਹੈਗੀ ਹੈ ਮੈਂ ਤਾਂ ਆਪਾਂ ਕਰਾਂਗੇ ਚੁਟਕੀਆਂ ਦੇ ਸਾਰਾ ਮੈਂ ਤਾਂ ਆਪਾਂ ਚੁਟਕੀਆਂ ਦੇ ਕਰਾਂਗੇ ਆਜੋ ਕਿੰਨਾ ਆਏਗਾ 4000 4000 ਨੂੰ ਜੋੜੋਗੇ ਕਿੰਨਾ ਹੋਊਗਾ 4 ਹੀ ਆਏਗਾ ਨਾ ਕਿਉਂਕਿ ਇਹਦੇ ਜ਼ੀਰੋ ਹੈ 4 ਦਾ ਗੁਣਾ ਕਰਨਾ ਹੈ 8 ਦਾ ਕੀ ਲਿਖਾਂਗੇ ਹੁਣ 8 ਦਾ ਤਾਂ ਪਤਾ ਨਾ ਕਿ 8 ਦਾ ਡਬਲ ਕੀਤਾ 16 ਪੁੱਛਿਆ ਕੀ ਹੈ ਮਿਸ਼ਰੀਤ ਵਿਆਜ ਪੁੱਛਿਆ ਤਾਂ ਮਿਸ਼ਰੀਤ ਵਿਆਜ ਤੁਹਾਨੂੰ ਪਤਾ ਹੈ ਸੀਆਈ ਹੁੰਦਾ ਹੈ 8 ਦਾ ਦੁੱਗਣਾ ਕੀਤਾ 16 8 ਦਾ ਸਕੁਅਰ ਕੀਤਾ 64 16.64 ਆਏਗਾ ਤਾਂ ਜੋੜੋ ਆਜੋ 1 ਤੇ 6 7 7 ਤੇ 6 13 13 ਤੇ 4 17 17 ਨੂੰ ਕੀ ਲਿਖੋਗੇ ਰਾਜੇ 1 ਤੇ 7 8 4 ਦਾ ਗੁਣਾ ਕਿਹਦੇ ਨਾਲ ਕਰਾਂ ਨਾ 8 ਨਾਲ ਤਾਂ 4 ਦਾ ਗੁਣਾ 8 ਨਾਲ ਕਰਾਵਾਂ ਕਿੰਨਾ ਆ ਜਾਏਗਾ 32 32 ਨੂੰ ਕਿੰਨਾ ਲਿਖਾਂਗੇ 5 ਲਿਖਾਂਗੇ ਹੁਣ ਇਹ ਚੀਜ਼ਾਂ ਮੈਂ ਇੱਥੇ ਲਿਖ ਰਿਹਾ ਤੈਨੂੰ ਲਿਖਣ ਦੀ ਜ਼ਰੂਰਤ ਹੈ ਨਹੀਂਗੀ ਤੁਸੀਂ ਕੀ ਕਹੋਗੇ 4 8 32 32 ਮਤਲਬ 10 2 5 ਜਿਹੜੇ ਚ 5 ਬਣ ਗਿਆ ਨਾ অপਸ਼ਨ ਚ ਉਹੀ ਅਨਸਰ ਹੈ ਹੋਰ ਅਨਸਰ ਹੋ ਹੀ ਨਹੀਂ ਸਕਦਾ ਹੈਗਾ ਆਜੋ ਆ ਕਿੰਨਾ 6 6 12 6 18 18 ਨੂੰ ਕਿੰਨਾ ਕਿ ਲਿਖਾਂਗੇ 9 ਮਤਲਬ ਆ ਤਾਂ ਗਲਤ ਹੈ 6 5 13 6 5 0 11 6 5 11 11 ਦਾ ਮਤਲਬ ਕਿੰਨਾ ਹੋ ਗਿਆ 2 ਹੋ ਗਿਆ ਮਤਲਬ ਆ ਵੀ ਗਲਤ ਹੈ 5 ਬਣਾਣਾ ਹੈ ਜਿਹੜੇ ਚ 5 ਬਣ ਗਿਆ ਉਹੀ ਆਨਸਰ ਹੈ ਜਿਹੜੇ ਚ 5 ਬਣ ਗਿਆ ਉਹੀ ਆਨਸਰ ਹੈ ਹੁਣ ਦੇਖੋ 6 ਦੇ 6 12 ਦੇ 6 18 18 ਨੂੰ ਕੀ ਲਿਖਾਂਗੇ 9 18 ਮਤਲਬ 9 9 ਮਤਲਬ 0 6 6 12 ਤੇ 6 18 ਮਤਲਬ 9 ਮਤਲਬ 0 ਬਚਿਆ ਕੀ 5 ਹਾਂ ਆ 5 ਬਣ ਰਿਹਾ ਹੈਗਾ ਆ 5 ਬਣ ਰਿਹਾ ਹੈਗਾ ਆ 체ਤਨ ਨੂੰ ਆ ਵੀ 5 ਬਣ ਰਿਹਾ ਤੇ ਆ ਵੀ 5 ਬਣ ਰਿਹਾ ਦੋਨੋਂ 5 ਬਣ ਰਿਹਾ ਹੈਗਾ ਤਾਂ ਜਿਹੜਾ ਅਨਸਰ ਹੈਗਾ ਉਹ ਕਿਹੜਾ ਹੈਗਾ ਜਿਹੜਾ ਅਨਸਰ ਹੈਗਾ ਉਹ ਕਿਹੜਾ ਹੈਗਾ ਦੋਨੋਂ 5 ਬਣ ਰਿਹਾ ਨਾ ਤਾਂ ਅਨਸਰ ਹੁਣ ਕਿਹੜਾ ਹੁਣ ਫਸਾਤਾ ਇਹਨਾਂ ਦੇਖੋ ਹੁਣ ਕੀ ਕਰਾਂਗੇ ਰਾਜੇ ਹੁਣ ਦੇਖੋ 4000 ਹੈਗਾ ਨਾ 4000 ਹੈਗਾ ਇਹਨੂੰ ਆਪਾਂ ਕੀ ਕਰ ਰਹੇ ਹਾਂ 16.64 ਕਰਾ ਲਿਆ ਨਾ ਤਾਂ ਦੇਖੋ 4 ਦਾ ਗੁਣਾ 4 ਨਾਲ ਕਰਾਵਾਂਗੇ ਤਾਂ ਕਿੰਨਾ ਹੋਊਗਾ ਲਾਸਟ ਵਾਲੇ ਨੰਬਰ ਦਾ ਗੁਣਾ ਕਰਾਓ 4 ਦਾ ਗੁਣਾ 4 ਨਾਲ ਕਰਾਵਾਂਗਾ ਤਾਂ 16 ਲਾਸਟ ਕਿੰਨਾ ਆ ਰਿਹਾ 6 ਆ ਰਿਹਾ ਹੈ ਲਾਸਟ ਕਿੰਨਾ ਆ ਰਿਹਾ 6 ਆ ਰਿਹਾ ਹੈ ਤਾਂ ਆਨਸਰ ਆਏਗਾ ਆ ਵਾਲਾ ਕਿਉਂਕਿ ਲਾਸਟ 6 ਹੈ ਤੇ ਹੀ ਹੈਗਾ राजे ਲਾਸਟ 6 ਐਤੇ ਹੀ ਹੈਗਾ ਜਦੋਂ ਦੋ ਆਪਸ਼ਨ ਹੋਵੇ ਉਦੋਂ ਐਵੇਂ ਜਾਣਾ ਜਦੋਂ ਦੋ ਆਪਸ਼ਨ ਹੋਵੇ ਉਦੋਂ ਐਵੇਂ ਜਾਣਾ ਸਮਝ ਆ ਗਈ ਨਾ ਫਟਾਫਟ ਸਾਰੇ ਜਣੇ ਥੰਬਸ ਅਪ ਕਰ ਦਿਓ ਅਗਰ ਸਮਝ ਆ ਗਈ ਹੋਵੇ ਤਾਂ ਬੀ ਆਪਸ਼ਨ கரੈਕਟ ਆਨਸਰ ਹੈਗਾ ਡੀ ਨਹੀਂ राजे ਬੀ ਆਪਸ਼ਨ கரੈਕਟ ਹੈਗਾ ਇਹ ਮੈਂ ਤਾਂ ਹੀ ਪਾਇਆ ਸੀਗਾ ਕਿ ਤੁਹਾਨੂੰ ਪਤਾ ਚੱਲੇ कि जो तो दो सेम बन जाए उदो की करना जो तो दो सेम बन जाए उदो की करना समझ गए ना अरे समझ गए मजा आ रहा है मजा आ रहा है ना बिल्कुल बिल्कुल निशा देवी जी डायरेक्ट आंसर कराएंगे बिना कॉपी पेन ਐਗਜ਼ਾਮੀਨਰ ਵੀ ਸੋਚੇਗਾ ਕਿ ਹਾਂ ਤੁਸੀਂ ਸਾਰੇ ਜੋ ਬੱਚੇ ਜੋ ਇੱਥੇ ਪੜ੍ਹ ਰਹੇ ਹੈਗੇ ਨਾ ਸਭ ਤੋਂ ਅਲੱਗ ਬਣੋਗੇ ਮੈਂ ਚੀਜ਼ ਦਾ ਵਾਅਦਾ ਕਰਦਾ ਹੈਗਾ ਸਭ ਤੋਂ ਅਲੱਗ ਮਤਲਬ ਕਿ ਜਿਹੜਾ ਕਰ ਰਿਹਾ ਹੈਗਾ ਪੂਰਾ ਕਰ ਰਿਹਾ ਹੈਗਾ ਅਨਸਰ ਕਢ ਲਿਆ ਜੋ ਲਾਵੇਗਾ 5 ਮਿੰਟ ਜਾਂ 1.5 2 ਮਿੰਟ ਲਾਵੇਗਾ ਤੁਸੀਂ ਕੀ ਕਰਨਾ ਹੈ ਇਹ ਆਹ ਵਾਲਾ ਚੱਕ ਕੰਮ ਨਕੀ 20 ਕੁਐਸਚਨ ਮੰਨ ਲਓ ਆਏ ਤੁਹਾਡੇ ਪੇਪਰ ਦੇ ਵਿੱਚ ਕਿੰਨੇ ਵੀ ਆਏ ਮੰਨ ਲਓ ਲਟਰਨ ਬਟਰਨ ਜਿੰਨੇ ਵੀ ਆਏ ਜਿੰਨੇ ਵੀ ਆਏ 20 ਕੁਐਸਚਨ ਆਏ 5 ਮਿੰਟ 10 ਮਿੰਟ 10 ਮਿੰਟ ਅੱਜ ਖਤਮ ਬਸ ਓਕੇ 20 20 ਨੰਬਰ ਪੱਕੇ ਬਸ ਪੇਪਰ ਹੋ ਗਿਆ ਪਾਸ ਹੋ ਗਿਆ ਲ ਸੋਖਾ ਹੈ ਨਾ ਸੋਖਾ ਨਹੀਂ ਹੈ ਮਿਹਨਤ ਕਰਨੀ ਪੈਗੀ ਪ੍ਰੈਕਟਿਸ ਕਰਨੀ ਪੈਗੀ ਸੋਖਾ ਬਣਾ ਦਾਂਗੇ ਮਿਹਨਤ ਕਰ ਕਰਕੇ ਪ੍ਰੈਕਟਿਸ ਕਰ ਕਰਕੇ ਤਰੀਕੇ ਤੁਹਾਨੂੰ ਮੈਂ ਸਿਖਾਣੇ ਪ੍ਰੈਕਟਿਸ ਤੁਸੀਂ ਕਰਨੀਗੀ ਮੈਥ ਵਾਲੇ ਸਰ ਜੀ ਮੋਜਾਂ ਹੀ ਮੋਜਾਂ ਮਜ਼ਾ ਆ ਰਿਹਾ ਹੈਗਾ ਮਜ਼ਾ ਆ ਰਿਹਾ ਹੈਗਾ ਅਰੇ ਸਾਰੇ ਦੇਖੋ ਸਾਰਿਆਂ ਚ ਆਣਾ ਏ ਟੌਪਿਕ ਸਾਰਿਆਂ ਚ ਹੀ ਟੌਪਿਕ ਆਣਾ ਹੈਗਾ ਪਲੀਜ਼ ਰਿਪੀਟ ਆ ਰਿਪੀਟ ਕਰ ਦੇਣਾ ਰਾਜੇ ਆਜੋ ਰਿਪੀਟ ਕਰ ਦੇਣੇ ਹੈਗਾ ਹੁਣ ਰਾਜੇ ਹੈ ਕੀ ਸੀਗਾ ਆ ਚੀਜ਼ ਹਟਾ ਰਿਹਾ ਇੱਕ ਵਾਰੀ ਦੇਖੋ ਹੁਣ ਆ 16.64 ਸੀ ਕੰਨ ਰਾਜੇ ਇਹ ਦੇਖ ਲਓ ਹੁਣ ਇੱਥੇ ਕੀ ਹੋਇਆ 8 ਚੋਕਾ 32 32 ਦਾ ਮਤਲਬ ਕੀ ਹੁੰਦਾ ਹੈਗਾ 32 ਦਾ ਮਤਲਬ ਕੀ ਹੁੰਦਾ 5 ਹੁੰਦਾ ਨਾ ਮਤਲਬ 5 ਬੰਨਣਾ ਚਾਹੀਦਾ ਮਤਲਬ ਕਿੰਨਾ ਬੰਨਣਾ ਚਾਹੀਦਾ 5 5 ਬੰਨਣਾ ਚਾਹੀਦਾ ਹੁਣ ਇਹ ਦੇਖ ਲਓ ਰਾਜੇ ਕੀ ਹੋ ਰਿਹਾ ਹੈਗਾ 5 ਐਸਚੀ ਬਣ ਰਿਹਾ ਐਸਚੀ ਬਣ ਰਹਾ ਮੇਰੇ ਕੋਲ ਦੋ অপਸ਼ਨ ਹੋਗੇ ਜਿਨਾਂ ਚ 5 ਬਣ ਰਿਹਾ ਹੈਗਾ ਦੋ অপਸ਼ਨ ਹੋਗੇ ਜਿਨਾਂ ਚ 5 ਬਣ ਰਿਹਾ ਦੋ ਇੱਥੇ ਕੀ ਕਰਾਂਗੇ ਹੁਣ ਮੰਨ ਲਓ 4000 ਦਾ ਆਪਾਂ ਕਿੰਨੇ ਪਰਸੈਂਟ ਕੱਢਿਆ 16.64% ਕੱਢਿਆ 16.64% ਕੱਢਿਆ ਨਾ ਤਾਂ ਜ਼ੀਰੋਾ ਛੱਡ ਦਿਓ ਕਿਉਂਕਿ ਅੱਗੇ ਲਾਸਟ ਕੀ ਹੈਗਾ 4 ਦਾ ਗੁਣਾ ਲਾਸਟ ਵਾਲੇ 4 ਨਾਲ ਕਰਾਉਂਗੇ ਤਾਂ ਕਿੰਨਾ ਆਊਗਾ 16 ਆਏਗਾ ਨਾ 4 ਦਾ ਗੁਣਾ 4 ਨਾਲ ਕਰਾਉਂਗੇ 16 ਆਏਗਾ ਨਾ ਤਾਂ ਮਤਲਬ ਲਾਸਟ ਕਿੰਨਾ ਆਲੇਗਾ 6 ਤਾਂ 6 ਐਸਟੀ ਆ ਰਿਹਾ ਮਤਲਬ ਆਹ ਵਾਲਾ ਨਹੀਂ ਹੈ ਆਹ ਵਾਲਾ ਆਨਸਰ ਹੈਗਾ ਤਾਂ ਇਹ ਵੀ ਚੀਜ਼ਾਂ ਸਿਖਾਉਂਗਾ ਯੂਨਿਟ ਡਿਜੀਟ ਵੀ ਕਰਾਉਂਗਾ ਯੂਨਿਟ ਡਿਜੀਟ ਆਪਾਂ ਕਿਹੜੀ ਕਲਾਸ ਚ ਕਰਾਂਗੇ 3 ਵਜੇ ਵਾਲੀ ਕਲਾਸ ਚ ਕਰਾਂਗੇ ਅੱਜ 3 ਵਜੇ ਵਾਲੀ ਕਲਾਸ ਯੂਨਿਟ ਡਿਜੀਟ ਦਾ ਅੱਜ ਦੁਪਹਿਰੇ ਜੋ 3 ਵਜੇ ਕਲਾਸ ਹੈਗੀ ਹੈ ਉੱਥੇ ਵੀ ਆਣਾ ਸਰ ਪਲੀਜ਼ ਕਲਾ ਮੈਦ ਦਾ ਬੈਚ ਲੈ ਕੇ ਆਓ ਟਵਿੰਕਲ ਟਿੰਕਲ ਲिटल 스타 ਅੰਕੂ ਸਰ ਮੈਂ ਸੁਪਰਸਟਾਰ ਤਨਵਾਜੀ ਤੁਹਾਡਾ ਹੀ ਪਿਆਰ ਹੈਗਾ ਤੁਹਾਡਾ ਹੀ ਪਿਆਰ ਹੈਗਾ ਤੁਹਾਡੇ ਪਿਆਰ ਸਦਕਾ ਇਹਨੀ ਮਿਹਨਤ ਕਰ ਸਕਦੇ ਹੈਗੇ ਕਿ ਹਾਂ ਤੁਹਾਡੇ ਵਾਸਤੇ ਇਹੋ ਇਹੋ ਜਿਹਾ ਕੰਟੈਂਟ ਲੈ ਕੇ ਇਹ ਬਣਾਈ ਬਣਾ ਕੇ ਕਿ ਦੇਖੋ ਆ ਜੋ ਟੇਬਲ ਵਗੈਰਾ ਬਣਾਨੀ ਇਹ ਵਗੈਰਾ ਕਰਨੀ ਇਹ ਹੁਣ ਮੈਂ ਨਾ ਕਰਦਾ ਤਾਂ ਵੀ ਠੀਕ ਸੀਗਾ ਮੈਂ ਤੁਹਾਨੂੰ ਐਵੇਂ ਲਿਆ ਕੇ ਸਿੱਧਾ ਦੱਸ ਦਿੰਦਾ ਕਿ ਆ ਇਨੇ ਪਰਸੈਂਟ ਆ ਇਨੇ ਪਰਸੈਂਟ ਕੱਢ ਲਓ ਹੁਣ ਮੈਂ ਤੁਹਾਨੂੰ ਉਹ ਚੀਜ਼ ਕਿਉਂ ਬਣਾ ਕੇ ਰਹੀ ਤੀ ਕਿ ਤੁਹਾਨੂੰ ਸਭ ਕੁਝ ਬਣਾ ਬਣਾਇ ਮਿਲ ਜਾ ਤੁਹਾਨੂੰ ਪੜਨ ਉਹਨੂੰ ਬਣਾਉਣ ਵਾਸਤੇ ਟਾਈਮ ਲਗਾਉਂਗੇ ਤਾਂ ਉਹ ਉਹਦੇ ਨਾਲ ਬੈਟਰ ਕੀ ਹੈ ਵੀਡੀਓ ਨੂੰ ਦੁਬਾਰਾ ਦੇਖੋ ਤੇ ਦੁਬਾਰਾ ਦੇਖ ਕੇ ਕੀ ਕਰੋ ਪ੍ਰੈਕਟਿਸ ਕਰੋ ਜਿੰਨੀ ਪ੍ਰੈਕਟਿਸ ਕਰੋਗੇ ਨਾ ਉਨੀ ਇਕੱਠੇ ਹੋ ਗਈਏ ਸਰ ਕੱਲੇ ਮੈਥ ਦੀ ਮੈਰਾਥਨ ਚਾਹੀਦੀ ਹੈ ਕਿਹੜੇ-ਕਿਹੜੇ ਕਹਿੰਦੇ ਹੈਗੇ ਆ ਫਟਾਫਟ ਹੈਂਡ ਰੇਜ਼ ਕਰਿਓ ਕਿ ਕੱਲੇ ਮੈਥ ਦੀ ਮੈਰਾਥਨ ਲਾ ਦਿਓ ਹੁਣੇ ਨਹੀਂ ਲਾਵਾਂਗੇ ਹੁਣੇ ਨਹੀਂ ਲਾਵਾਂਗੇ ਵੀ ਹਾਂ ਕਹਿ ਦੋਗੇ ਕਿ ਹਾਂ ਹੁਣੇ ਲਾ ਦਈਏ ਤਾਂ ਫਟਾਫਟ ਇੱਕ ਵਾਰੀ ਹੈਂਡ ਰੇਜ਼ ਕਰਿਓ ਕੌਣ-ਕੌਣ ਚਾਹੁੰਦਾ ਕਿ ਮੈਥ ਦੀ ਮੈਰਾਥਨ ਲਾ ਦਈਏ ਮੈਥ ਦੀ ਮੈਰਾਥਨ ਲਾ ਦਈਏ ਕੌਣ-ਕੌਣ ਕਹਿੰਦਾ ਹੈਗਾ ਫਟ ਸੰਦੀਪ ਕੋਰ ਕਹਿੰਦੇ ਸਰ ਆਪਣਾ ਕਲਾਸ ਦਾ ਸ਼ਡਿਊਲ ਦੱਸ ਦੋ ਰਾਜੇ ਆਪਣੇ ਕਲਾਸ ਦਾ ਸਟੂਡੈਂਟਸ ਜੋ ਸ਼ਡਿਊਲ ਹੈਗਾ ਨਾ ਸਵੇਰੇ 10 ਵਜੇ ਦੁਪਹਿਰੇ 3 ਵਜੇ ਤੇ ਪੇੜ 'ਚ 4 ਵਜੇ ਤੇ ਰਾਤੀ 8 ਵਜੇ ਸਤਿ ਸਾਰੇ ਆਉਂਗੇ ਫਿਰ ਪੱਕੀ ਗੱਲ ਹੈ ਕਿੰਨੇ ਬੱਚੇ ਲੈ ਕੇ ਆਉਂਗੇ ਚਲੋ ਇਹ ਮੰਨੋ ਵੱਧ ਤੋਂ ਵੱਧ ਸ਼ੇਰ ਕਿੰਨਾ ਕਰੋਗੇ ਤੇ ਬੱਚਾ ਕਿੰਨਾ ਹੋਏਗਾ ਆਪਣੀ ਕਲਾਸ 12 ਮੋਸਟ ਰਾਤ ਵਾਲੀ ਕਲਾਸ 500 ਬੱਚਾ ਹੁੰਦਾ ਹੈਗਾ 500 500 600 ਤਾਂ ਮੈਨੂੰ ਆ ਜਾਏਗਾ 500 600 ਤਾਂ ਆਜੋਗੇ ਸਾਰੇ ਮੈਨੂੰ ਪਤਾ ਹੈਗਾ ਤੁਸੀਂ ਸਾਰੇ ਦੇਣੇ ਤਾਉਂਗੇ ਆਉਂਗੇ ਬੱਚਾ ਮੈਰਾਥਨ ਚ ਘੱਟੋ ਘਾਟ ਅਗਰ 1000 1500 ਪਲੱਸ ਹੁੰਦਾ ਨਾ ਬੱਚਾ ਫਿਰ ਮਜ਼ਾ ਆਂਦਾ ਹੈਗਾ ਮੈਰਾਥਨ ਲਾਉਂਦਾ ਫਿਰ ਫਾਇਦੇ ਕੀ ਹਾਂ ਮੈਂ 4 5 ਘੰਟੇ ਮਿਹਨਤ ਵੀ ਕਰਾਂ 4 5 ਘੰਟੇ ਦੀ ਕਲਾਸ ਵੀ ਲਾਈ ਆਪਾਂ ਤੇ ਉਹ ਕੰਟੈਂਟ ਵੀ ਤਿਆਰ ਕਰੀਏ ਸਾਰਾ ਕੁਝ ਕਰੀਏ ਤੇ ਬੱਚਾ ਹੋਵੇ ਨਾ ਤਾਂ ਫਿਰ ਮਜ਼ਾ ਨਹੀਂ ਆਂਦਾ ਵੀ ਠੀਕ ਹੈ ਕਿੰਨਾ ਬੱਚਾ ਹੋ ਜਾਏਗਾ 2000 ਕਹਿ ਰਹੇ ਗੋਲਡੀ 2000 ਕਹਿ ਰਹੇ ਹੈਗੇ 1500 ਵੀ ਕਹਿ ਰਹੇ ਹੈਗੇ 900000 ਬਚਾ ਤਾਂ ਆਪਣੀ ਪਿਛਲੀ ਮੈਰਾਥਨ ਚ ਆ ਹਜ਼ਾਰ ਬੱਚਾ ਤਾਂ ਆਪਣੀ ਬਿਜਲੀ ਮੈਰਾਥਨ ਜੀ ਆਇਆ ਸੀਗਾ ਮੈਂ ਇਹ ਚਾਹਨਾ ਕਿ ਦੇਖੋ ਬੱਚਾ ਵਾਦਾ ਇਹ ਨਾਲ ਮੈਨੂੰ ਕਿਹੜਾ ਕੋਈ ਪੈਸੇ ਮਿਲਨੇ ਹੈਗੇ ਮੈਂ ਤਾਂ ਇਹ ਕਹਿ ਰਿਹਾ ਹੈਗਾ ਕਿ ਸਾਨੂੰ ਮੋਟੀਵੇਸ਼ਨ ਮਿਲਦੀ ਉਸ ਦਿਨ ਰਾਜ ਜੀ ਲਾਵਾਂਗੇ ਕੋਈ ਗੱਲ ਨਹੀਂ ਕੋਈ ਵੀ ਪੇਪਰ ਆਇਆ ਨਾ ਨੇੜੇ ਤੁਹਾਡੇ ਨਾਲ ਵਾਦਾ ਰਿਹਾ ਮੇਰਾ ਤੁਹਾਡੇ ਨਾਲ ਸਾਰਿਆਂ ਨਾਲ ਵਾਦਾ ਰਿਹਾ ਜਿੰਨੇ ਵੀ ਬੱਚੇ ਦੇਖ ਰਹੇ ਹੈਗੇ ਆ ਵਾਦਾ ਰਿਹਾ ਕਿ ਆਪਾਂ ਇੱਕ ਮੈਰਾਥਨ ਲਾਵਾਂਗੇ ਜਦੋਂ ਤੁਹਾਡਾ ਪੇਪਰ ਨੇੜੇ ਹੋਏਗਾ ਤੁਸੀਂ ਉਦੋਂ ਤੱਕ ਸਾਰੇ ਟੌਪਿਕ ਪੜ੍ਹ ਲਓ ਜਿੰਨੇ ਜਿੰਨੇ ਹੈਗੇ ਜਿੰਨੇ YouTube ਤੇ ਪੜ੍ਹ ਲੈ YouTube ਤੇ ਮੈਂ ਸਾਰਾ ਨਹੀਂ ਕਰਵਾ ਰਿਹਾ ਹੈਗਾ YouTube ਤੇ ਮੈਂ ਸਾਰਾ ਨਹੀਂ ਕਰਵਾ ਰਿਹਾ ਹੈਗਾ YouTube ਤੇ ਉਹ ਨਹੀਂ ਹੋ ਸਕਦਾ ਜਿੰਨਾ ਤੁਹਾਨੂੰ ਪਰਮਿਸ਼ਨ ਹੁੰਦੀ ਹੈ ਕਰਵਾਣ ਦੀ ਜਿੰਨਾ ਸਾਨੂੰ ਪਰਮਿਸ਼ਨ ਹੁੰਦੀ ਹੈ ਕਰਵਾਣ ਦੀ 5000 5000 ਲਿਆਏ ਤਾਂ ਬਹੁਤ ਵਧੀਆ ਬਾਕੀ ਆਵੇਗਾ ਕਿਤੇ 5000 ਰੁਪਏ ਆਵੇਗਾ ਕੋਈ ਦਿੱਕਤ ਨਹੀਂ 500 700 ਬੱਚਾ ਵੀ ਬਹੁਤ ਹੁੰਦਾ ਹੈਗਾ ਬਟ ਮੈਂ ਇਹ ਚਾਹਣਾ ਕਿ ਜਾਰਾ ਤੋਂ ਜ਼ਿਆਦਾ ਬੱਚਾ ਫਾਇਦਾ ਚੱਕੀ ਜਾਰਾ ਤੋਂ ਜ਼ਿਆਦਾ ਬੱਚੇ ਨੂੰ ਇਹ ਜਿੰਨਾ ਸਿੱਖਣ ਨੂੰ ਮਿਲਣ ਦਾ ਹਰ ਇੱਕ ਬੱਚੇ ਦਾ ਸੁਪਨਾ ਹੁੰਦਾ ਕਿ ਮੈਂ ਇੱਕ ਅੱਛੀ ਜੌਬ ਲਵਾਂ ਅੱਛੀ ਗਵਰਨਮੈਂਟ ਜੌਬ ਲਾ ਕੇ ਅੱਛੇ ਆਉਦੇ ਮਾਪੇ ਉਹਦਾ ਨਾਮ ਰੋਸ਼ਨ ਕਰਾਂ ਤੁਹਾਡੇ ਮਾਪ ਤੁਸੀਂ ਸਕਸੈਸ ਹੋ ਜਾਓਗੇ ਮੇਰੀ ਸਕਸੈਸ ਆਟੋਮੈਟਿਕਲੀ ਹੋ ਜਾਣੀ ਹੈਗੀ ਆਦਾ ਸਿਰਫ ਇਹੀ ਚਾਹਨਾ ਕਿ ਤੁਸੀਂ ਫਟਾਫਟ ਸਾਰੇ ਜਣੇ ਸਕਸੈਸ ਹੋ ਜੋ 1500 ਪਲੱਸ ਪ੍ਰੋਮਿਸ ਕਰ ਰਹੇ ਹੈਗੇ 1500 ਪਲੱਸ ਪ੍ਰੋਮਿਸ ਕਰ ਰਹੇ ਤਾਂ ਜਰੂਰ ਥੋੜਾ ਜਿਹਾ ਟਾਈਮ ਦਿਓ 15 20 ਦਿਨ ਦਾ ਟਾਈਮ ਦਿਓ जरूर लेके आऊंगा ਤੁਹਾਡੇ ਵਾਸਤੇ ਕੱਲੀ ਮੈਥ ਦੀ ਮੈਰਾਥਨ ਲੈ ਕੇ ਵੀ ਆऊंगा 4 ਤੋਂ 5 ਘੰਟੇ ਦੀ ਕੱਲਾ ਲੈ ਕੇ ਆऊंगा 4 ਤੋਂ 5 ਘੰਟੇ ਤੋਂ ਨਾਲ ਜੁੜੂੰਗਾ ਬਟ ਗੱਟੋਗਾਟ ਮੈਨੂੰ 1500 2000 ਬੱਚਾ ਚਾਹੀਦਾ ਹੈ ਐਨਾ ਬੱਚਾ ਲਾਈਵ ਆਏਗਾ ਤਾਂ ਹੀ ਜਾ ਕੇ ਕੋਈ ਮੋਟੀਵੇਸ਼ਨ ਮਿਲੇਗੀ ਤਾਂ ਹੀ ਜਾ ਕੇ ਮੋਟੀਵੇਸ਼ਨ ਮਿਲੇਗੀ ਤਾਂ ਕੋਈ ਦਿੱਕਤ ਨਹੀਂ ਬੱਚਾ ਜਿਹਨੇ ਪੜਨਾ ਹੈਗਾ ਨਾ ਉਹ ਇੰਜੋਏ ਕਰਨ ਆਊਗਾ ਸਰਸ ਪੰਜਾਬ ਪੁਲਿਸ ਦੀ ਮੈਰਾਥਨ ਅਰੇ ਕੰਪਲੀਟ ਹੀ ਹੈਗਾ ਦੇਖੋ ਸਿਲੇਬਸ ਜੋ ਆਲਮੋਸਟ ਹੁੰਦਾ ਹੈ ਨਾ ਦੇਖੋ ਪੰਜਾਬ ਪੁਲਿਸ ਕਨਸਟੇਬਲ ਦੀ ਗੱਲ ਕਰਨਾ ਐਸਆਈ ਦੀ ਗੱਲ ਕਰਨਾ ਪਟਵਾਰੀ ਦੀ ਗੱਲ ਕਰਨਾ ਜੋ ਸਿਲੇਬਸ ਹੁੰਦਾ ਹੈ ਨਾ ਸਿਲੇਬਸ ਉਹ ਸਾਰਿਆਂ ਦਾ ਸੇਮ ਹੀ ਹੈ ਲੈਵਲ ਦਾ ਫਰਕ ਹੈਗਾ ਕਿ ਜੋ ਪੰਜਾਬ ਪੁਲਿਸ ਕਨਸਟੇਬਲ ਦਾ ਲੈਵਲ ਇੰਨਾ ਹੈਗਾ ਐਸਆਈ ਦਾ ਇੰਨਾ ਹੈਗਾ ਜਾਂ ਪਟਵਾਰੀ ਦਾ ਇੰਨਾ ਹੈਗਾ ਤਾਂ ਉਹ ਚੀਜ਼ਾਂ ਛੱਡ ਦੋ ਤੇ ਟੌਪਿਕਸ ਆਲਮੋਸਟ ਸੇਮ ਹੀ ਹੁੰਦੇ ਹੈਗੇ ਜਦਾਂ ਕੋ ਫਰਕ ਨਹੀਂ ਹੁੰਦਾ ਹੈਗਾ ਐਕਚੁਅਲੀ ਵੇ ਤੁਸੀਂ ਆਪ ਜਾ ਕੇ ਤਿੰਨਾਂ ਦੇ ਸਿਲੇਬਸ ਬਰਾਬਰ ਰੱਖ ਲਿਆ ਜੀ ਪਟਵਾਰੀ ਮੈਚ ਕਿੰਨੇ ਵਜੇ ਕਲਾਸ ਹੁੰਦੀ ਹੈ ਰਾਜੇ ਪਟਵਾਰੀ ਮੈਚ ਹੀ ਆਏ ਜੋ ਸਵੇਰੇ ਪਟਵਾਰੀ ਚੱਲ ਰਿਹਾ ਹੈਗਾ ਰਾਤੀ ਕਨਸਟੇਬਲ ਚੱਲ ਰਿਹਾ ਹੈਗਾ ਸਰ ਜੀ ਕਿੰਨਾ ਟਾਪਿਕ ਹੋ ਗਿਆ ਅੱਜ ਅੱਜ ਆਪਾਂ ਸਟਾਰਟ ਹੀ ਕੀਤਾ ਹੈਗਾ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਹ ਰਿਪੀਟ ਤੇ ਦੇਖ ਲਓ ਜਿਨ੍ਹਾਂ ਨੇ ਨਹੀਂ ਦੇਖੀ ਨਾ ਉਹ ਰਿਪੀਟ ਤੇ ਦੇਖ ਲਓ ਮੈਂ ਸਾਰੇ ਨਹੀਂ ਨਹੀਂ ਆਪਾਂ ਇੱਕ ਪੜਨ ਵਾਲਾ ਬੱਚਾ ਚਾਹੀਦਾ ਜੀ ਜੋ ਪੜਨ ਵਾਲਾ ਹੈ ਨਾ ਉਹ ਆਵੇ ਉਹ ਫਾਇਦਾ ਲੈ ਕੇ ਜਾਵੇ ਉਹਨੂੰ ਵਧੀਆ ਲੱਗੇ ਮੈਸਗਰ ਫਨ ਨਹੀਂ ਚਾਹਨਾ ਮੈਨੂੰ ਐਵੇਂ ਫਾਲਤੂ ਦੀ ਬੀੜ ਨਹੀਂ ਚਾਹੀਦੀ ਕਿ ਹਾਂ ਆ ਰਿਹਾ ਹੈਗਾ ਜੋ ਮ제 ਲਾ ਰਿਹਾ ਹੈ ਕੋਈ ਵੀ ਗੱਲਾਂ ਬੱਤਾ ਕਰ ਰਿਹਾ ਮੈਂ ਚਾਹਨਾ ਕਿ ਆਉ ਤੱਕ ਕੇ ਜਾऊं ਬਿਲਕੁਲ ਕਰਾਵਾਂਗੇ ਮੈਰਾਥਨ ਵੀ ਲੈ ਕੇ ਆਵਾਂਗੇ ਠੀਕ ਹੈ ਬਾਕੀ ਜਿਹੜੇ ਬੱਚੇ ਮੈਂ ਵਾਰੀ ਵਾਰੀ ਉਹੀ ਗੱਲ ਕਹਿਣਾ ਹੈਗਾ ਜੋ ਬੱਚਾ ਇੱਕ ਪ੍ਰੋਪਰ ਵੇ ਨਾਲ ਤਿਆਰੀ ਕਰ ਰਿਹਾ ਨਾ ਪ੍ਰੋਪਰ ਵੇ ਨਾਲ ਤਿਆਰੀ ਕਰ ਰਿਹਾ ਹੈਗਾ ਉਹ ਬੱਚਾ ਕੀ ਕਰੇ ਕੀ ਹੁਣ ਦੇਖੋ ਸਾਰੇ ਜਿੱਦਾਂ YouTube ਤੇ ਨਹੀਂ ਕਰਵਾਈਆਂ ਜਾ ਸਕਦੀ ਹੁਣ ਪੇਡ ਦੇ ਵਿੱਚ ਵੀ ਚੱਲ ਰਿਹਾ ਹੈਗਾ ਪੇਡ ਦੇ ਵਿੱਚ ਵੀ ਚੱਲ ਰਿਹਾ ਹੈ ਨਾ ਸੌਫਟਵੇਅਰ ਜੋ ਚੱਲ ਰਿਹਾ ਹੈਗਾ ਸੌਫਟਵੇਅਰ ਕਲਾਸਾਂ ਚੱਲ ਰਹੀ ਹੈ ਤੇ ਪੇਡ ਦੇ ਵਿੱਚ ਵੀ ਆਫਰ ਲੱਗਿਆ ਹੋਇਆ ਜਿਨ੍ਹਾਂ ਨੇ ਰਾਜੇ ਪੇਡ ਨਹੀਂ ਲਿਆ ਹੋਇਆ ਨਾ ਤਾਂ ਪੇਡ ਵੀ ਲੈ ਲਓ ਕੋਈ ਜ਼ਿਆਦਾ ਚਾਰਜਸ ਨਹੀਂ ਹੈਗੇ ਦੇਖੋ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਇਸ ਵਿੱਚ ਮੈਨੂੰ ਕੋਈ ਚਾਰਜਸ ਨਹੀਂ ਆਣੇਗੇ ਉਹ ਕੰਪਨੀ ਨੂੰ ਜਾਣਾ ਹੈਗਾ ਬਟ ਮੈਂ ਤੁਹਾਡੇ ਬਲੇਵਾਸਤੇ ਕਹਿ ਰਿਹਾ ਹੈਗਾ ਅਗਰ ਤੁਸੀਂ ਪੇਡ ਨਹੀਂ ਲੈ ਰੱਖਿਆ ਨਾ ਬੈਚ ਤਾਂ ਬੈਚ ਲੈ ਲਓ ਅੱਜ ਹੀ ਅੱਜ ਆਏ ਦੇ ਅੱਜ انرੋਲ ਕਰਾ ਲਓ ਆਪਦੇ ਆਪ ਨੂੰ ਤੇ ਪ੍ਰੋ ਠੀਕ ਹੈ ਮੈਂ ਆਹੀ ਕਹੂੰਗਾ ਬਾਕੀ ਚੱਲਦੇ ਆਪਾਂ ਅੱਗੇ ਆਜੋ ਇਹਦਾ ਅਨਸਰ ਕਰਿਓ ਮੈਨੂੰ ਕਿੰਨਾ ਆਊਗਾ ਇਹਦਾ ਅਨਸਰ ਕਰਿਓ ਮੈਨੂੰ ਕਿੰਨਾ ਆਏਗਾ ਇਹਦਾ ਅਨਸਰ ਕਰੋ ਕਿੰਨਾ ਆਏਗਾ ਫਟਾਫਟ ਸਰ ਜੀ ਤੁਹਾਨੂੰ ਗਾਈਡੈਂਸ ਦੀ ਕਲਾਸ ਲਈ ਕਿਹਾ ਸੀ ਅੱਜ ਗਾਈਡੈਂਸ ਹੀ ਕਰ ਰਿਹਾ ਹੈਗਾ ਸਰ ਪੇਪਰ ਦੇ ਨੇੜੇ ਜੀ ਐਤਵਾਰ ਸੰਡੇ ਨੂੰ ਹਾਂ ਜੀ ਬਿਲਕੁਲ ਪੇਪਰ ਦੇ ਨੇੜੇ ਲੈ ਕੇ ਆਵਾਂਗੇ ਹੈਲੋ ਸਰ ਇੱਕ ਸੇਮ ਕਰੋ ਇੱਕ ਸੇਮ ਕਰੋ ਕਿਹਾ ਅਨਕੁਸ਼ ਕਿਆ ਕਰ ਰਿਹਾ ਹੈ ਸੇਮ ਟੂ ਸੇਮ ਨਾਮ ਹੈ ਮੇਰਾ ਨਾਮ ਹੀ ਅਨਕੁਸ਼ ਹੈਗਾ ਕੋਈ ਅਨਕੁਸ਼ ਨਾਮ ਦਾ ਕੋਈ ਕਮੈਂਟ ਕਰ ਰਿਹਾ ਹੈ ਸੇਮ ਕਰੋ ਸਰ ਮੈਂ ਦਾ ਕੱਲਾ ਪੇੜ ਮਿਲ ਜੂ ਦੇਖੋ ਮੈਂ ਗੱਲ ਕਰ ਕਰਕੇ ਦੇਖ ਲੂਗਾ ਬਾਕੀ ਮੈਦ ਦਾ ਕੱਲਾ ਹਲੇ ਕੋਈ ਪੇੜ ਨਹੀਂ ਹੈਗਾ ਥੋੜਾ ਜਿਹਾ ਟਾਈਮ ਦਿਓ ਬਟ ਮੈਂ ਤੁਹਾਨੂੰ ਇਹੀ ਕਹੂੰਗਾ ਰਾਜੇ ਕਿ ਪ੍ਰੋਪਰ ਸਾਰੇ ਸਬਜੈਕਟ ਪੜੋ ਸਾਰੇ ਸਬਜੈਕਟ ਪੜੇ ਨਾਲ ਚੀਜ਼ਾਂ ਕਲੀਅਰ ਹੁੰਦੀਆਂ ਸਾਰੇ ਸਬਜੈਕਟ ਪੜੋਗੇ ਨਾ ਫੇਰ ਹੀ ਚੀਜ਼ਾਂ ਕਲੀਅਰ ਹੁੰਦੀਆਂ ਹੈਗੀਆਂ ਤਾਂ ਕੋਈ ਬੱਚਾ ਜੋ ਹੈਗਾ ਉਹਨ ਦੇਖੋ ਕੌਨਸਟੇਬਲ ਦੀ ਤਿਆਰੀ ਕਰ ਰਿਹਾ ਹੈਗਾ ਠੀਕ ਹੈ ਪੇਡ ਕਲਾਸ ਵਿੱਚ ਵੀ ਦੋ ਕੁ ਘੰਟਾ 4 ਵਜੇ ਹੁੰਦੀ ਪੇਡ ਕਲਾਸ ਦੇ ਵਿੱਚ ਕਰਾਂਗੇ राजे ਕਰਾਂਗੇ ਕੋਈ ਗੱਲ ਨਹੀਂ ਜੋ ਕਮੈਂਟ ਕਰ ਰਹੇ ਹੈਗੇ ਮੈਂ ਤੁਹਾਡੇ ਕਮੈਂਟ ਦੀ ਵੀਡੀਓ ਬਣਾ ਰਿਹਾ ਹੈਗਾ ਜੀ ਹਾਂ ਤੁਸੀਂ ਕਰ ਰਹੇ ਹੋ ਨਾ ਕਮੈਂਟ ਕੀ ਹਾਂ ਸਰ ਮੈਦ ਦਾ ਲਾਂਚ ਕਰੋ ਤਾਂ ਮੈਂ ਵੀਡੀਓ ਬਣਾ ਰਿਹਾ ਕੋਈ ਨਹੀਂ ਮੈਨੇਜਮੈਂਟ ਨੂੰ ਬੋਲਿਆ ਕਿ ਹਾਂ ਐਵੇਂ ਕਹਿ ਰਹੇ ਹੈਗੇ ਜਵਾਬ ਦੱਸੋ ਫਟਾਫਟ ਵੀ ਅਨਸਰ ਕਿੰਨਾ ਆਏਗਾ ਲਓ ਜੀ ਕੋਈ ਗੱਲ ਨਹੀਂ ਹੁਣ ਮੈਂ ਵੀਡੀਓ ਬਣਾ ਲਈ ਜਿਹੜੇ ਬੱਚਿਆਂ ਦੇ ਕਮੈਂਟ ਆ ਰਹੇ ਇਕੱਲੇ ਮੈਂਤ ਵਾਸਤੇ ਪੇਕ ਦਾਂਗੇ ਠੀਕ ਹੈ ਆਜੋ ਕੀ ਆਜੋ ਦੇਖੋ ਕੀ ਹੈ 10% ਦੇ ਸਹਾਰੇ ਨਾਲ 2 ਸਾਲਾਂ ਲਈ ਪੈਸੇ ਦੀ ਰਕਮ ਤੇ ਸਧਾਰਨ ਵਿਆਜ ਤੇ ਮਿਸ਼ਰੀ ਵਿਆਜ ਵਿਚਕਾਰ ਅੰਤਰ ਕਿੰਨਾ ਪੈਂਟ ਰੁਪਇਆ ਹੁਣ ਮੈਂ ਤੁਹਾਨੂੰ ਦੱਸਿਆ ਹੋਇਆ ਨਾ ਕਿ ਜੋ ਅੰਤਰ ਹੁੰਦਾ ਹੈ ਅੰਤਰ ਹੁੰਦਾ ਉਹ ਰੇਟ ਆਫ ਇੰਟਰਸ ਦਾ ਸਕੁਅਰ ਹੀ ਹੁੰਦਾ ਹੈ ਜੋ ਅੰਤਰ ਹੁੰਦਾ ਨਾ ਉਹ ਰੇਟ ਆਫ ਇੰਟਰਸ ਦਾ ਸਕੁਅਰ ਹੀ ਹੁੰਦਾ ਹੈਗਾ 10% ਹੈਗਾ ਨਾ ਤਾਂ 10% ਵਾਸਤੇ ਰਾਜੇ ਅੰਤਰ ਕਿੰਨਾ ਹੋਗਾ 10 ਦਾ ਸਕੁਅਰ 100 ਹੁੰਦਾ तो uh, पॉइंट होना चाहिए दोन का एक पॉइंट जीरो परसेंट मतलब एक परसेंट अंतर कि प्रसेंट होंगे ना दस परसेंट वास्ते अंतर कि परसेंट तो एक परसेंट की वैल्यू राजे कि एक परसेंट की वैल्यू कि पैंठ है एक प्रसेंट की वैल्यू राजे कि एक परसेंट की वैल्यू राजे पैंसठ है एक परसेंट की वैल्यू अगर पैंठ है तो सौ की वैल्यू राजे कि हो जाएगी पैंठ सौ हो जाएगी सौ की वैल्यू पैंठ सौ आंसर आ गया बस सौ की वैल्यू कि हो जाएगी पैंठ सौ हो जाएगी सौ की वैल्यू कि हो जाएगी पैंठ सौ हो जाएगी समझ गए ना देख लो दिखा ਤੇਗੀ ਟੇਬਲ ਆਪਣੀ ਹਲੋ 1% ਆ ਰਿਹਾ 10% ਦੇਖੋ 10% ਵਾਸਤੇ ਅੰਤਰ ਕਿੰਨਾ ਹੋਏਗਾ 1% ਹੋਏਗਾ ਟੇਬਲ 'ਚ ਹੈਗਾ ਸੀ ਨਾ ਸਮਝਾਇਆ ਵੀ ਸੀਗਾ ਕਿਵੇਂ ਤਾਂ ਹੁਣ ਆਪਾਂ ਇੱਥੇ ਵੈਸੇ ਦੱਸ ਚੁੱਕੇ ਆ ਮੈਂ ਤੁਹਾਨੂੰ ਕਿ 10% ਦੇ ਹਿਸਾਬ ਨਾਲ ਕਿੰਨਾ ਹੋਏਗਾ 10% ਦੇ ਹਿਸਾਬ ਨਾਲ 200 ਦਾ ਅੰਤਰ 10 ਦਾ ਸਕਰ ਕਿੰਨਾ ਹੁੰਦਾ 100 ਹੁੰਦਾ ਤਾਂ 1.0% ਅੰਤਰ 1% ਅੰਤਰ 1% 1% ਦੀ ਵੈਲਿਊ ਕਿੰਨੀ ਹੈ 6500 ਦੀ ਵੈਲਿਊ 20 ਹੀ ਲਾਣੀ ਹੈ 6500 ਹੋਗੀ ਬੋਲੋ ਤਰਰਰਾ ਕਲੀਅਰ ਹੈ ਨਾ ਕਲੀਅਰ ਹੈ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਕਿਰਨਜੀਤ ਕੋਰ ਸਰ ਮੈਂ ਨਿਊ ਸਟੂਡੈਂਟ ਆ ਮੈਨੂੰ ਮੈਥ ਬਿਲਕੁਲ ਨਹੀਂ ਆਉਂਦਾ ਪਲੀਜ਼ ਹੈਲਪ ਪਟਵਾਰੀ ਟੈਸਟ ਰਾਜੇ ਮੈਂ ਸਭ ਦੀ ਹੈਲਪ ਕਰ ਰਿਹਾ ਹੈਗਾ ਕਲਾਸਿਸ ਜਾ ਕੇ ਦੇਖ ਲਓ ਜਿੰਨੀਆਂ ਵੀ ਮੇਰੀਆਂ ਹੈਗੀਆਂ ਪਲੇਲਿਸਟ ਮਿਲ ਜੂਗੀ ਇੱਕ ਪਟਵਾਰੀ ਵਾਲੀ ਦੀ ਪਲੇਲਿਸਟ ਪਈ ਹੈ ਕਨਸਟੇਬਲ ਵਾਲੀ ਦੀ ਪਲੇਲਿਸਟ ਪਈ ਹੈ ਜੁਨੀਆਂ ਵੀ ਕਲਾਸਾਂ ਪਈਆਂ ਸਾਰੀਆਂ ਜਾ ਕੇ ਦੇਖ ਲਓ ਬੇੜਾ ਪਾਰ ਹੋ ਜਾਏਗਾ YouTube ਵਾਲੇ ਜਿਹੜੇ ਹੈਗੇ ਆ ਠੀਕ ਹੈ ਬਾਕੀ ਜਿਹੜੇ ਪੀਡੀ ਲਏ ਰੱਖਿਆ ਹੈਗਾ ਉਹਨਾਂ ਦਾ ਤਾਂ ਬੇੜਾ ਵੈਸੇ ਵੀ ਪਾਰ ਹੋਣਾ ਕਿਉਂਕਿ PDF ਕੰਟੈਂਟ ਬਹੁਤ ਜਿੱਦਾਂ ਹੁੰਦੀ ਹੈਗੀ ਕਲੀਅਰ ਹੈ ਫੁੱਲ ਮਜ਼ਾ ਫੁੱਲ ਮਜ਼ਾ ਫੁੱਲ ਮਜ਼ਾ ਠੀਕ ਹੈ ਆਜੋ ਲੈ ਲਓ ਵੀ ਸਕਰੀਨਸ਼ਾਟ ਲੈ ਲਓ ਕੋਈ ਗੱਲ ਨਹੀਂ ਹਣ ਬੱਚੇ ਸਕਰੀਨਸ਼ਾਟ ਵਾਸਤੇ ਕਹਿ ਰਹੇ ਹੈਗੇ ਆਜੋ ਲੈ ਲਓ ਸਕਰੀਨਸ਼ਾਟ ਮੈਂ ਇਹਨੂੰ ਹਟਾ ਦਿੰਦਾ ਰੁਕੋ ਇਹਨੂੰ ਵਾਈਪ ਕਰ ਦੇਨੇ ਪੂਰੇ ਨੂੰ ਆਜੋ ਲੋ ਸਕਰੀਨਸ਼ਾਟ ਲੈ ਲੋ ਫਟਾਫਟ ਸਾਰੇ ਜਣੇ ਬਾਕੀ ਪੀਡੀਐਫ ਪਾ ਦਾਂਗਾ ਮੈਂ ਪੀਡੀਐਫ ਪਾ ਦੂੰਗਾ ਟੈਨਸ਼ਨ ਨਾ ਲੋ ਫਿੱਟ ਸਕਰੀਨਸ਼ਾਟ ਲੈ ਲੋ ਅ ਸੁਕੀਰਤ ਕੋਰਸਰ ਪਲੀਜ਼ ਮੇਰੀ ਗੱਲ ਸੁਣ ਲੋ ਜੀ ਹਾਂਜੀ ਸੁਕੀਰਤ ਕੋਰ ਜੀ ਬੋਲੋ ਜੀ ਸਰ ਫਾਜ਼ਿਲ ਕਾ ਤੋ ਤੁਹਾਡੀ ਬੋਲੀ ਉਧਰ ਦੀ ਲੱਗ ਰਹੀ ਹੈ ਦੇਖੋ ਮੇਰਾ ਪਤਾ ਕੀ ਹੈ ਮੈਂ ਤੁਹਾਨੂੰ ਦੱਸ ਦੇਣਾ ਚਲੋ ਅੱਜ ਆਪਾਂ 51 ਮਿੰਟ ਹੋਏ ਮੈਂ ਤੁਹਾਨੂੰ ਦੱਸ ਦੇਣਾ ਮੇਰੇ ਬਾਰੇ ਮੈਨੂੰ 5 ਸਾਲ ਹੋ ਗਏ ਮੈਂ ਤੁਹਾਨੂੰ ਵਾਰੀ ਪਹਿਲੇ ਵੀ ਦੱਸ ਚੁੱਕੇ ਮੈਂ ਛਟਾ ਸਾਲ ਹੈ ਪੜਾਉਂਦੇ ਨੂੰ ਮੈਂ ਬਹੁਤ ਦੇ ਸਟੇਟ ਚ ਪੜਾ ਚੁੱਕਿਆ ਮੈਂ ਲਾਈਕ ਦਿੱਲੀ ਹੋ ਗਿਆ ਦਿੱਲੀ ਦੇ ਵਿੱਚ ਮੁਖਰਜੀ ਨਗਰ ਹੋ ਗਿਆ ਰਾਜਸਥਾਨ ਦੇ ਵਿੱਚ ਗੰਗਾ ਨਗਰ ਹੋ ਗਿਆਗਾ ਬਠਿੰਡਾ ਹੋ ਗਿਆ ਹੈਗਾ ਬਹੁਤ ਜਗ੍ਹਾ ਤੇ ਪੜਾ ਚੁੱਕਿਆ ਪੰਜਾਬ ਦੇ ਵਿੱਚ ਵੀ ਬਹੁਤ ਜਗ੍ਹਾ ਤੇ ਪੜਾ ਚੁੱਕਿਆ ਹੁਣ ਫਿਲਹਾਲ ਮੈਂ 2 ਸਾਲ ਹੋ ਗਏ ਮੈਂ ਪੰਜਾਬ ਚ ਹੀ ਪੜਾ ਰਿਹਾ 2 ਸਾਲ ਹੋ ਗਏ ਨ ਪੰਜਾਬ ਚ ਹੀ ਪੜਾ ਰਿਹਾ ਉਹ ਕਹਿੰਦੇ ਨਾ ਅਲੱਗ ਅਲੱਗ ਸਾਈਡ ਚ ਰਹਿ ਕੇ ਤਾਂ ਬੰਦੇ ਦੇ ਐਕਸੈਂਟ ਵਿੱਚ ਥੋੜਾ ਚੇਂਜ ਆ ਜਾਂਦਾ ਹੈਗਾ ਕਿ ਮੈਂ ਬਹੁਤ ਜਗਾਂ ਤੇ ਰਿਆ ਹੈਗਾ ਹਿੰਦੀ ਇੰਗਲਿਸ਼ ਮਰਾਠੀ ਮਰਾਠੀ ਨਹੀਂ ਆਉਂਦੀ ਸੌਰੀ ਰਾਜਸਥਾਨੀ ਬਾਗੜੀ ਹਰਿਆਣਵੀ ਬਹੁਤ ਲੈਂਗੁਏਜ ਆਉਂਦੀਆਂ ਹੈਗੀਆਂ ਲੈਂਗੁਏਜ ਬਾਰੇ ਵੀ ਬਹੁਤ ਸਾਰਾ ਕਿਉਂਕਿ ਜਿਸ ਮਾਹੌਲ ਚ ਬੰਦਾ ਰਹਿੰਦਾ ਨਾ ਉਸ ਮਾਹੌਲ ਦੀ ਲੈਂਗੁਏਜ ਆਟੋਮੈਟਿਕਲੀ ਬੰਦੇ ਚ ਅਬਜ਼ਰਵ ਹੋ ਜਾਂਦੀ ਹੈਗੀ ਤਾਂ ਕੋਈ ਨਹੀਂ ਇਕੱਤ ਵਾਲੀ ਗੱਲ ਨਹੀਂ ਬਾਕੀ ਪੰਜਾਬੀ ਹੈਗੀ ਹੁਣ ਆਪਣੀ ਠੀਕ ਹੈ ਚਲੋ ਵੀ ਆਜੋ ਦੱਸ ਦੇਣਾ ਵੀ ਆਜੋ ਆਜੋ ਠੀਕ ਹੈ ਪੀਡੀਐਫ ਪਾ ਦੂੰਗਾ ਟੈਨਸ਼ਨ ਨਾ ਲਓ ਸਾਰੇ ਜਣੇ ਆਜੋ ਹੁਣ ਮੈਂ ਇੱਕ ਇੱਕ ਗੱਲ ਦੱਸ ਦੇਣਾ ਚਾਹਵਾ ਕਿ ਜਿਹੜੇ ਬੱਚੇ ਹੈਗੇ ਹਨ ਕਿ ਹਾਂ ਇੱਕ ਕਹਿ ਰਹੇ ਕਿ ਹਾਂ ਮੈਂ 6 ਮਹੀਨੇ ਦੇ ਵਿੱਚ ਵਿੱਚ ਸਿਲੇਕਸ਼ਨ ਲੈਣੀ ਹੈ ਪ੍ਰੋਪਰ ਬੇ ਨਾਲ ਸਿਲੇਕਸ਼ਨ ਲੈਣੀ ਹੈ ਤਾਂ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਹੈ ਰਾਜੀ ਜੋ ਇੱਕ ਆਪਣੀ ਫੈਮਲੀ ਹੈਗੀ ਹੈ ਜੋ ਮੇਰੀ ਫੈਮਲੀ ਹੈਗੀ ਹੈ ਉਹ Y7552 ਦੀ ਫੈਮਲੀ ਹੈ Y7552 ਕੋਡ ਲਾ ਕੇ ਜੋ ਵੀ ਐਨਰੋਲ ਕਰ ਰਹੇ ਬੱਚੇ ਜੋ ਆਪ ਦਾ ਕੋਰਸ ਪਰਚੇਸ ਕਰ ਰਹੇ ਹੈਗੇ ਨਾ ਉਹ ਮੇਰੀ ਫੈਮਲੀ ਚ ਆ ਰਹੇ ਸਿੱਧਾ ਸਿੱਧਾ ਠੀਕ ਹੈ ਗਾਈਡੈਂਸ ਪ੍ਰੋਪਰ ਮੈਂ ਗਾਈਡੈਂਸ ਦੀ ਵੀ ਕਲਾਸ ਦੇ ਦਿਆ ਕਰੂੰਗਾ ਤੇ ਟੈਨਸ਼ਨ ਨਾ ਲਓ ਕਿ ਕਿਵੇਂ ਪੜ੍ਹਨਾ ਹੈ ਕਿਵੇਂ ਮੈਥ ਨੂੰ ਵਧੀਆ ਕਰਨਾ ਹੈ ਕਿਵੇਂ ਤੁਸੀਂ ਆਪਦੇ ਬਾਕੀ ਸਬਜੈਕਟ ਵਧੀਆ ਕਰਨੇ ਹੈਗੇ ਸਾਰੇ ਚੀਜ਼ਾਂ ਦੱਸ ਦੂੰਗਾ ਠੀ ਹੁਣ ਆਜੋ ਕਿ ਜਿਨ੍ਹਾਂ ਨੇ ਪਰਚੇਸ ਕਰਨਾ ਉਹਨਾਂ ਵਾਸਤੇ ਬੈਚ ਕਿਹੜੇ ਕਿਹੜੇ ਹੈਗੇ ਆ ਜਿਨ੍ਹਾਂ ਨੇ ਪਰਚੇਸ ਕਰਨਾ ਉਹਨਾਂ ਵਾਸਤੇ ਬੈਚ ਕਿਹੜੇ ਕਿਹੜੇ ਹੈਗੇ ਆ ਮੋਦੀ ਗੱਲ ਵੀ ਕਰ ਲੈਣਾਗਾ ਮੈਂ ਉਹਦੀ ਗੱਲ ਵੀ ਕਰ ਲੈਣਾ ਹੈਗਾ ਅੱਡਾ 247 ਤੇ ਜਾਓਗੇ ਨਾ ਰਾਜੀ ਅੱਡਾ 247 ਤੇ ਜਾਓਗੇ ਨਾ ਅੱਡਾ 247 ਤੇ ਜਾਂਦੇ ਹੀ ਕੀ ਹੋਊਗਾ ਪਹਿਲੇ ਲਿੰਕ ਤੇ ਆਜੋ 올 ਕੋਰਸੇਸ ਤੇ ਆਜੋ 올 ਕੋਰਸੇਸ ਤੇ ਆ ਕੇ ਸਟੇਟ ਐਗਜ਼ਾਮ ਤੇ ਆਜੋ ਪੰਜਾਬ ਤੇ ਆਜੋ ਤੁਹਾਡੇ ਵਾਸਤੇ ਬਹੁਤ ਸਾਰੇ ਰਾਜੀ ਬੈਚ ਪਈ ਹੈ ਬਹੁਤ ਸਾਰੇ पंजाब लिस का पियाब एस एस सी है महा पे है हूँ तुम देखो सारे ने ही पेपर दे रहे हो सारे ही पेपर दे रहे हो अब बाकी आप्सन अगली क्लास करेंगे टेंशन ना लो सुन के जाए पहले पूरी गल जो भी अगर आज अगर देखो मेन चीज की हैगी है, है प्रैक्टिस प्रैक्टिस प्लस गाइडेंस प्लस तरीके अगर तुम लगा तरीके सही लगा रहे हो कॉन्सैप्ट सही लगा रहे हैं ना आ, शो नहीं हो रहा पंजाब पुलिस का मिल जाएगा राजे मैं दस दिन किमें लैंना है ਅਗਰ ਪ੍ਰੋਪਰ ਵੇ ਨਾਲ ਪੜ੍ਹ ਰਹੇ ਹੋ ਪ੍ਰੋਪਰ ਵੇ ਨਾਲ ਤਿਆਰੀ ਕਰ ਰਹੇ ਹੋ ਤੁਸੀਂ ਚਾਹਨੇ ਹੋ ਕਿ 6 ਮਹੀਨੇ ਦੇ ਵਿੱਚ ਵਿੱਚ ਜੌਬ ਮਿਲ ਜੇ ਤਾਂ ਕੋਈ ਜ਼ਿਆਦਾ ਇਨਰੋਲਮੈਂਟ ਨਹੀਂ ਹੈਗਾ ਫੀਸ ਨਹੀਂ ਹੈਗੀ ਇਨਰੋਲਮੈਂਟ ਫੀਸ ਬਿਲਕੁਲ ਥੋੜੀ ਜੀ ਹੈ ਜੋ ਕਿ ਪੰਜਾਬ ਚ ਸਭ ਦਾ ਵੱਡਾ ਚੈਨਲ ਆਪਣਾ ਹੈਗਾ ਤੇ ਬਹੁਤ ਹੀ ਘੱਟ ਫੀਸ ਦੇ ਅੰਦਰ ਤੁਹਾਨੂੰ ਇਹ ਗਾਈਡੈਂਸ ਪ੍ਰੋਪਰ ਮਿਲਦੀ ਹੈ ਪ੍ਰੋਪਰ ਵੇ ਨਾਲ ਤਿਆਰੀ ਮਿਲ ਰਹੀ ਹੈਗੀ ਹੈ ਤਾਂ ਕੁਝ ਨਹੀਂ ਪੰਜਾਬ ਪੁਲਿਸ ਤੇ ਕਲਿੱਕ ਕਰੋਗੇ ਪੰਜਾਬ ਪੁਲਿਸ ਕਲਿੱਕ ਕਰਦੇ ਦੇਖੋ ਸਾਰੇ ਬੈਚ ਆ ਗਏ ਆਹ ਵਾਲਾ ਜੋ ਪਹਿਲਾ ਪਹਿਲਾ ਬੈਚ ਆ ਰਿਹਾ ਜੇ 21 ਮਾਰਚ ਤੋਂ ਸਟਾਰਟ ਹੋ ਰਿਹਾ ਇਹ ਪਹਿਲਾ ਪਹਿਲਾ ਬੈਚ ਹੈਗਾ ਜੋ 21 ਮਾਰਚ ਤੇ ਸਟਾਰਟ ਹੋ ਰਿਹਾ ਤੁਸੀਂ ਇੱਥੇ ਜਾਓਗੇ ਜੋ ਫਿਲਹਾਲ ਬੈਚ ਚੱਲ ਰਹੇ ਹੈਗੇ ਦੇਖੋ ਇਹਦੇ ਤੇ ਜਾ ਕੇ انرੋਲ ਕਰੋਗੇ 27552 ਲਾਗੇ ਤਾਂ ਤੁਹਾਨੂੰ ਕਿੰਨੇ ਦਾ ਪੇਗਾ ਰਾਜੇ ਜੋ ਆਨਲ 21 ਤਰੀਕ ਹੈ 21 ਤਰੀਕ ਤੋਂ ਸਟਾਰਟ ਹੋ ਰਿਹਾ ਜਿਹੜਾ ਕਹਿੰਦਾ ਵੀ ਹਾਂ ਮੈਂ ਅੱਜ ਹੀ ਲੈਣਾ ਹੈਗਾ ਅੱਜ ਹੀ ਜੁਆਇਨ ਕਰਨਾ ਹੈਗਾ ਉਹ ਅੱਜ ਵੀ ਜੁਆਇਨ ਕਰ ਸਕਦਾ ਹੈ ਇਸ ਬੈਚ ਦੇ ਵਿੱਚ ਬਟ ਫਿਲਹਾਲ ਇਹ ਕੋਫਰ ਲੱਗਿਆ ਹੋਇਆ ਰਾਜੇ ਮੈਂ ਆਫਰ ਬਾਰੇ ਦੱਸਦਾ ਆਫਰ ਕੀ ਲੱਗਿਆ ਹੋਇਆ ਬੜਾ ਹੀ ਵਧੀਆ ਆਫਰ ਲੱਗਿਆ ਹੋਇਆ ਆਈ ਗੈਸ ਸਟੋਰ ਤੋਂ ਹਟਾਤਾ 7 ਤਰੀਕ ਵਾਲਾ ਬੈਚ ਸਟੋਰ ਤੋਂ ਹਟਾਦਾ ਤੁਸੀਂ 21 ਤਰੀਕ ਵਾਲਾ ਪਰਚੇਸ ਕਰ ਸਕਦੇ ਹੈਗੇ 21 ਤੋਂ 21 ਤਰੀਕ ਵਾਲਾ ਪਰਚੇਸ ਕਰ ਸਕਦੇ ਹੈਗੇ 21 ਤਰੀਕ ਨੂੰ ਬੈਚ ਸਟਾਰਟ ਹੋਣ ਜਾ ਰਿਹਾ ਪ੍ਰੋਪਰ ਵੇ ਨਾਲ ਤਿਆਰੀ ਕਰਵਾਉ ਪ੍ਰੋਪਰ ਵੇ ਨਾਲ ਇੱਕ ਟਾਈਪ ਵਾਈਜ਼ ਤੇ ਬਿਲਕੁਲ ਇੱਕ ਲੈਵਲ ਵਾਈਜ਼ ਕਿ ਹਾਂ ਇਸ ਤਰੀਕੇ ਨਾਲ ਬੱਚੇ ਨੂੰ ਤਿਆਰੀ ਕਰਾਣੀ ਹੈ ਐਂਟਰ ਕੂਪਨ ਕੋਡ ਚਾਕੇ ਕੀ 2Y7552 Y7552 ਪਾ ਕੇ ਜਦੋਂ ਇਹ ਅਪਲਾਈ ਕਰੋਗੇ ਨਰਾਜ਼ੇ ਕਿੰਨੇ ਦਾ ਹੋ ਗਿਆ ਦੇਖੋ 1300 ਰੁਪਏ 1380 ਰੁਪਏ ਦਾ ਪੰਜਾਬ ਪੁਲਿਸ ਦਾ ਬੈਚ ਪੰਜਾਬ ਪੁਲਿਸ ਕਨਸਟੇਬਲ ਦਾ ਬੈਚ 1380 ਰੁਪਏ ਦਾ ਬਿਲਕੁਲ ਤਾਂ ਜਾ ਕੇ ਜਿਹਨੇ ਕੱਲੇ ਕਨਸਟੇਬਲ ਦੀ ਤ ਤੇ एसआई ਦੀ ਤਿਆਰੀ ਕਰਨੀ ਹੈਗੀ ਉਹਦੇ ਵਾਸਤੇ ਕਿੰਨੇ 16-1700 ਰੁਪਏ ਦੇ ਆਸ-ਪਾਸ ਬਿਆਜਾ ਪਟਵਾਰੀ ਦਾ ਵੀ 16-1700 1800 ਦੇ ਆਸ-ਪਾਸ ਹੀ ਹੈਗਾ ਤਾਂ ਬਟ ਮੈਂ ਤੁਹਾਨੂੰ ਰეკਮੈਂਡ ਇਹੀ ਕਰੂੰਗਾ ਰਾਜੇ ਜੋ ਬੱਚਾ ਪੇਪਰ ਦੇ ਰਿਹਾ ਹੈ ਪੰਜਾਬ ਸਟੇਟ ਐਗਜ਼ਾਮ ਦੇ ਲਗਾਤਾਰ ਕੰਟੀਨਿਊ ਪੇਪਰ ਦੇ ਰਿਹਾ ਉਹ ਪੰਜਾਬ ਦੇ ਮਹਾਪੈਕ ਵਾਸਤੇ ਜਾਉ ਰਾਜੇ ਮਹਾਪੈਕ ਲੋਕ ਸਾਲ ਵਾਲਾ ਕੋਈ ਪੇਪਰ ਹੈਗਾ ਕੋਈ ਪੇਪਰ ਹੈਗਾ ਹਰ ਇੱਕ ਪੇਪਰ ਦੀ ਤਿਆਰੀ ਤੋਂ ਨੂੰ ਬਿਲਕੁਲ ਅੱਛੇ ਵੇ ਨਾਲ ਇੱਕ ਪ੍ਰੋਪਰ ਵੇ ਨਾਲ ਗਾਈਡੈਂਸ ਨਾਲ ਕਰਵਾਈ ਜਾਏਗੀ। ਵੈਸੇ ਕਿੰਨੇ ਦਾ 13999 ਰੁਪਏ ਦਾ ਹੈਗਾ। ਐਨੇ ਨਹੀਂ ਪਾਉਣੇ 13999 ਨਹੀਂ ਦੇਣੇ। ਕਲਿੱਕ ਕਰੋਗੇ ਐਂਟਰ ਗੂਪਨ ਕੋਡ ਚਾਜੋਗੇ Y7552 ਪਾ ਦਿਓ। Y7552 ਪਾ ਕੇ ਜਿਵੇਂ ਵੀ ਰਾਜੇ ਅਪਲਾਈ ਕੀਤਾ ਕਿੰਨੇ ਦਾ ਹੋ ਗਿਆ 3200 ਰੁਪਏ ਦਾ। ਤੁਸੀਂ 3200 ਵੀ ਨਹੀਂ ਦੇਣੇ ਛੱਡੋ ਯਾਰ 3200 ਵੀ ਨਹੀਂ ਦੇਣੇ ਹੈਗੇ। ਠੀਕ ਹੈ ਤੁਸੀਂ ਕਿੰਨੇ ਦੇਣੇ 3080 ਰੁਪਏ ਐਪਲੀਕੇਸ਼ਨ 'ਚ ਜਾ ਕੇ ਐਪਲੀਕੇਸ਼ਨ 'ਚ ਜਾ ਕੇ ਇਨਰੋਲ ਕਰੋਗੇ ਆਪ ਦੇ ਆਪ ਨੂੰ ਦੇ 3080 ਰੁਪਏ ਦਾ ਮਹਾਪੈਕ ਮਿਲ ਰਿਹਾ ਜਾਕਟ ਜਰੂਰ ਲੈ ਲਓ ਜਿਹੜੇ ਨਹੀਂ ਜੁੜੇ ਪੇੜ ਦੇ ਵਿੱਚ ਆਜੋ 4 ਵਜੇ ਆਪਣੀ ਪੇੜ ਕਲਾਸ ਹੈਗੀ 3 ਵਜੇ YouTube ਤੇ ਹੈਗੀ ਹੈ ਠੀਕ ਹੈ ਬਿਲਕੁਲ ਬਿਲਕੁਲ ਠੀਕ ਹੈ ਜਿੰਨੇ ਵੀ ਬੈਚ ਲੈਣ ਆਏਗਾ ਮੈਂ ਕੋਡ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਹੈਗਾ ਕੋਡ ਕੀ ਹੈਗਾ ਕੋਡ ਆਪਣਾ ਹੈਗਾ Y752 স্ক্রিনশট ਲੈ ਲੋ ਸਾਰੇ ਜਣੇ ਜਿਨ੍ਹਾਂ ਨੇ ਨਹੀਂ ਲੈ ਰੱਖਿਆ ਤਾਂ স্ক্রিনশਟ ਲੈ ਲੋ ਸਾਰੇ ਜਣੇ Y752 ਆਪਣਾ ਕੋਡ ਹੈਗਾ ਆਪਾਂ ਮਿਲਦੇ ਹੁਣ 3 ਵਜੇ YouTube ਤੇ ਤੇ 4 ਵਜੇ ਪੇਡ ਦੇ ਵਿੱਚ ਤੇ ਰਾਤੀ 8 ਵਜੇ ਵੀ ਮਿਲਾਂਗੇ ਰਾਤੀ 8 ਵਜੇ ਵੀ ਮਿਲਾਂਗੇ ਠੀਕ ਹੈ ਤੇ ਹੁਣ ਜਿਹੜਾ ਬੱਚਾ ਪੁੱਛ ਰਿਹਾ ਸੀਗਾ Telegram ਬਾਰੇ ਤਾਂ Telegram ਮੈਂ ਦੱਸ ਚੁੱਕਿਆ ਹੈਗਾ ਮੈਂ ਫੇਰ ਇੱਕ ਵਾਰ ਦੱਸ ਦੇਣਾ ਹੈਗਾ Telegram ਹੈਗਾ मैथ्स ਬਾਈ ਅੰਕੂ ਸਰ मैथ्स ਬਾਈ ਅੰਕੂ ਸਰ ਤੇ ਪੰਜਾਬ ਵੱਡਾ ਵਾਲਾ ਦੋਨੋਂ ਹੈਗੇ ਆ ਆਪਾਂ ਦੋਨਾਂ पीडीएफ पाने हो ने आ गया मैथ भाई अंकुश सर लिखोगे ना तो ऑटोमेटिकली ਤੁਹਾਨੂੰ ਮਿਲ ਜੇਗਾ ਟੈਲੀਗ੍ਰਾਮ ਵੀ ਠੀਕ ਹੈ ਵੀ ਆਪਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਉਦੋਂ ਤੱਕ ਦਿਓ ਇਜਾਜ਼ਤ थैंक यू ਸੋ ਮਚ ਵੀ ਇੱਕ ਬਾਏ ਬਾਏ